अस्सलाम वालेकुम नाज़रीन, प्रोग्राम च खुश आमदीद। मैं सजाद जानी ते मेरे नाल मेरे समनाबाद मदनी चौक दे कोल ए कैफे है माशाल्लाह मेरे वीरां दा, उत्थे असीं अज आए हां ते इत्थे लूडो खेली जा रही है, स्नोकर खेली जा रही है ते इत्थे बड़ा अच्छा मतलब क्या इत्थे अग हैगी है, लै गए अग लै गए ने क्योंकि धुआं चढ़ रहा सी, साडी फ्रेमिंग खराब हो रही सी। नाज़रीन अज कोई जुगत नहीं इत्थे करनी, अज सिर्फ असीं एक सर्वे ते निकलिया मैं कि नौजवान नसल जिहड़ी ना साडी ए किस तरफ जा रही है और इन्होंने जिनी जिनी भी जिंदगी है किदां गुजारी है। इस तरह मैं जा रहा, तुसी पहले तुसी उधर जरा तुसी इधर आ जाओ थोड़ा, चलो नहीं ते इत्थे बह जाओ। सर तुहाडा नाम? मुहम्मद हुनैन। है मुहम्मद हुनैन। मुहम्मद हुनैन, तुहाडी उम्र किन्नी है? 21 साल। 21 साल जदों दे तुसी पैदा होए, 21 साल पहले तुसी पैदा होए? हाँ जी। डेट ऑफ अर्थ की है तुहाडी? ਮੈਂ ਲੈਂਡ ਹੋਇਆ ਸੀ ਜੀ 5 ਜੁਲਾਈ 1998। ਡੇਟ ਆਫ ਖਰਚ? ਹਾਂਜੀ 5 ਜੁਲਾਈ। ਹਾਂਜੀ। ਆਪਣੇ ਵਾਲਦਿਆਂ ਵਾਸਤੇ ਜਾਂ ਆਪਣੇ ਭੈਣਾਂ ਭਾਈਆਂ ਵਾਸਤੇ ਜਾਂ ਆਪਣੇ ਮੁਲਕ ਵਾਸਤੇ ਜਾਂ ਆਪਣੇ ਵਾਸਤੇ ਕਿਹੜਾ ਕੋਈ ਇੱਕ ਕੰਮ ਕੀਤਾ 21 ਸਾਲਾਂ 'ਚ ਹਾਲੇ ਤੱਕ? ਫਿਲਹਾਲ ਤਾਂ ਤੰਗ ਹੀ ਕੀਤਾ ਹੈ। ਤੰਗ ਕੀਤਾ? ਹਾਂਜੀ। ਓਏ ਫੇਲੀ, ਸਹੀ ਦੱਸ ਰਹੇ ਹਾਂ, ਇਹ ਤਾਂ ਬੇਸ਼ਰਮੀ ਵਾਲੀ ਗੱਲ ਆ, ਤੁਸੀਂ ਐਡੇ ਹੋਵੇ ਤੰਗ ਹੀ ਕੀਤਾ 21 ਸਾਲ 'ਚ ਕੋਈ ਇੱਕ ਐਸਾ ਕੰਮ, ਕੋਈ ਸੋਚੋ ਕਿ ਯਾਰ ਮੈਂ ਆਪਣੇ ਅੱਬੂ ਨੂੰ ਇਹ ਇੱਕ ਵਾਰੀ ਇਹ ਮਤਲਬ ਇਹ ਕੀਤਾ ਸੀ ਜਾਂ ਮੈਂ ਇੱਕ ਐਸਾ ਘਰ 'ਚ ਕੰਮ ਕੀਤਾ ਸੀ ਜਾਂ ਮੇਰੀ ਵਜ੍ਹਾ ਤੋਂ ਸਾਡੇ ਘਰ 'ਚ ਇਹ ਚੀਜ਼ ਆ ਛੱਤ ਨਹੀਂ ਚੋਂਦੀ, ਮੈਂ ਉੱਤੋਂ ਪਲਸਤਰ ਕੀਤਾ ਸੀ, ਕੋਈ ਇੱਕ ਐਸਾ ਕੰਮ 21 ਸਾਲ 'ਚ? ਫਿਲਹਾਲ ਤਾਂ ਕੋਈ ਨਹੀਂ ਜੀ, ਕੋਈ ਨਹੀਂ ਯਾਦ ਆ ਰਿਹਾ? ਨਹੀਂ ਫਿਲਹਾਲ ਕੋਈ ਯਾਦ ਨਹੀਂ ਆ ਰਿਹਾ। ਜਾਂ ਕੀਤਾ ਹੀ ਨਹੀਂ? ਯਾਦ ਨਹੀਂ ਆ ਰਿਹਾ। ਪੰਜ ਜੇ ਕੀਤਾ ਹੋਵੇ ਤਾਂ ਯਾਦ ਹੁੰਦਾ, ਕਿਉਂਕਿ ਤੁਸੀਂ ਕਿਹੜਾ ਬਹੁਤ ਕੀਤੇ ਜਿਹੜਾ ਭੁੱਲ ਗਏ, ਇੱਕ ਅੱਧਾ ਹੀ ਹੋਣਾ ਉਹ ਵੀ ਨਹੀਂ ਯਾਦ ਆ ਰਿਹਾ, ਇੱਕ ਅੱਧਾ ਹੀ ਹੋਣਾ ਨਾ, ਇਹਦਾ ਪਤਾ ਤੁਸੀਂ ਕੀਤਾ ਹੀ ਨਹੀਂ। ਹਾਂਜੀ। ਅੱਛਾ, ਕਦੀ ਬਾਪ ਦੀਆਂ ਲੱਤਾਂ ਘੁੱਟੀਆਂ ਨੇ? ਹਾਂਜੀ। ਤੇ ਇਹ ਕਹਿ ਦਿੰਦੇ ਤੁਸੀਂ? ਅਸੀਂ ਕਹਿੰਦੇ ਮੈਂ ਕਿੰਨੀ ਕੁ ਵਾਰੀ ਘੁੱਟੀਆਂ ਜ਼ਿੰਦਗੀ 'ਚ? ਘੁੱਟੀਆਂ ਹੈਗੀਆਂ, ਘੁੱਟੀਆਂ ਹੈਗੀਆਂ, ਕਾਫੀ ਦਫਾ ਘੁੱਟੀਆਂ ਵਾ। 10-15 ਵਾਰੀ? ਹਾਂਜੀ। 21 ਸਾਲਾਂ 'ਚ? ਹਾਂਜੀ। ਸ਼ਰਮ ਤਾਂ ਨਹੀਂ ਆਉਂਦੀ ਹੈ ਨਾ? ਕਦੀ ਅੰਮੀ ਅੱਬੂ ਨੂੰ ਪਤਾ ਵਾ ਕਿ ਸਾਡਾ ਨਲਾਇਕ ਬੱਚਾ ਵਾ, ਪਤਾ ਉਹਨਾਂ ਨੂੰ ਕਿ ਨਹੀਂ? ਹਾਲੇ ਪਤਾ ਹੀ ਹੁੰਦਾ ਜੀ ਯਾਰ ਮਾਂ ਪਿਓ ਨੂੰ ਆਪਣੇ। ਕੰਮ ਕੀ ਕਰਦਾ ਤੂੰ? ਮੈਂ ਰੀਅਲ ਇਸਟੇਟ ਦਾ। ਰੀਅਲ ਇਸਟੇਟ? ਸਟੇਟ ਪ੍ਰਾਪਰਟੀ ਡੀਲਰ। ਹਾਂਜੀ। ਤੇ ਤੂੰ ਇਹ ਦੱਸਿਆ ਨਹੀਂ, ਤੂੰ ਕਿਹਾ ਮੈਂ ਕੁਛ ਵੀ ਨਹੀਂ ਕੀਤਾ, ਨਵਾਂ ਨਵਾਂ ਸ਼ੁਰੂ ਕੀਤਾ ਹੈ? ਹਾਲੇ ਨਵਾਂ ਨਵਾਂ ਕੀਤਾ, ਹਾਲੇ ਕਮਾਈ ਕੋਈ ਇੰਨੀ ਕੀਤੀ? ਨਹੀਂ। ਮਤਲਬ ਮਾਂ ਪਿਓ ਰਾਜ਼ੀ ਨੇ? ਹਾਂਜੀ। ਕੋਈ ਉਹ ਕੁੱਤਿਆਂ ਤਾਂ ਨਹੀਂ ਘਰ ਦੇ ਵਿੱਚ? ਨਾ ਜੀ। ਅੱਛਾ, ਤੁਸੀਂ ਮਕਾਨ ਕਿਰਾਏ 'ਤੇ ਵੀ ਦਿੰਦੇ ਆ? ਯਾਰ ਫੜ ਕੇ ਰੱਖੀ ਇੱਥੇ ਰੱਖੀ, ਇੱਧਰ ਜਿਹਨੇ ਮਕਾਨ ਲੈਣਾ ਵੇਚਣਾ ਹੋਵੇ ਕਿਰਾਏ ਤੇ ਚਾਹੀਦਾ ਹੋਵੇ ਮੈਨੂੰ ਦੱਸਣਾ। ਹਾਲ ਤੱਕ ਯਾਨੀ ਕੋਈ ਐਸੀ ਕਮਾਈ ਨੀ ਜਿਹੜੀ ਜਾ ਕੇ ਮਾਂ ਪਿਓ ਦਿੱਤੀ ਹੋਵੇ ਕਿ ਮਾਂ ਜੀ ਆ ਲਓ, ਜਾਂ ਮੋਟਰਸਾਈਕਲ ਨਵੀਂ ਲੈ ਲਈ ਹੋਵੇ, ਜਾਂ ਕਾਰ ਲੈ ਲਈ ਹੋਵੇ, ਜਾਂ ਕੋਈ ਘਰ ਦਾ ਕੋਈ ਪਲਸਤਰ ਕਰਾਤਾ ਹੋਵੇ, ਕੋਈ ਟੂਟੀਆਂ ਬਦਲਵਾਤੀਆਂ ਹੋਣ ਆਪਣੇ ਪੱਲਿਓ, ਕੋਈ ਛੱਤ ਚੋਂਦੀ ਠੀਕ ਕਰਾਤੀ ਹੋਵੇ, ਕੋਈ ਹਮਾਮ ਕੋਈ ਕਲੀ ਕਰਾਤੀ ਹੋਵੇ ਘਰ 'ਚ, ਇੱਦਾਂ ਦਾ ਕੋਈ ਕੰਮ ਨਹੀਂ 21 ਸਾਲਾਂ 'ਚ? ਨਾ ਜੀ ਨਾ। ਇਹ ਡਿਪ ਹੋ ਕੇ ਡੈਥ ਹੋਣ ਵਾਲੀ ਗੱਲ ਆ ਵੈਸੇ। ਮੈਂ ਤੇਰੇ ਵਾਲਾ ਕਰਾ ਦੇਣਾ ਹੀ। ਸਹੀ ਗੱਲ ਆ, ਇਹ ਮੈਂ ਨਵੀਂ ਟਰਮ ਦਿੱਤੀ ਹੈ, ਯੂਜ਼ ਕਰਿਆ ਕਰਨਗੇ ਬੱਚੇ, ਜਾਂ ਇਹ ਡਿਪ ਹੋ ਕੇ ਡੈਥ ਹੋਣ ਵਾਲੀ ਗੱਲ ਆ, ਯਾਨੀ ਕਿ ਡੁੱਬ ਕੇ ਮਰਨ ਦਾ ਮੁਕਾਮ ਆ, ਹੈ ਨਾ? ਖੈਰ ਜਾਣਾ ਜਾਵਾਂ ਕਿੱਥੇ ਮਰੇ, ਹਾਲੇ ਤੂੰ 21 ਸਾਲ ਹੋ ਗਏ ਤੈਨੂੰ ਆਏ ਨੂੰ, ਤੂੰ ਕੁਛ ਨਹੀਂ ਕੀਤਾ, ਹੁਣ ਤੂੰ ਜਾ ਕੇ ਕੀ ਕਰ ਲੈਣਾ? ਇਰਾਦਾ ਕੀ ਆ ਕਿ ਮੈਂ ਕੀ ਬਣਾਂਗਾ? ਮੇਰਾ ਲਾ ਦਾ ਇਰਾਦਾ ਹੈਗਾ। ਕਾਹਦਾ ਜੀ? ਲਾ ਦਾ, LLB। ਲਾ ਦਾ? ਹਾਂਜੀ। ਲਾ ਪਾ ਵਕੀਲ ਬਣਨ ਦਾ ਇਰਾਦਾ? ਹਾਂਜੀ। ਫਿਰ ਵਕੀਲ ਬਣ ਕੇ ਤੂੰ ਡੰਡੇ ਲਏਗਾ ਲੱਕੜੀਆਂ ਦੇ, ਫਿਰ ਤੂੰ ਹਸਪਤਾਲਾਂ ਜਾਏਗਾ, ਨੌਜਵਾਨ ਯਾਰ ਅੱਗੋ ਮੁਲਕ ਦੇ ਤੁਸੀਂ ਸੰਭਾਲਣਾ, ਤੂੰ 21 ਸਾਲਾਂ ਚ ਸਿਰਫ ਦੰਦ ਹੀ ਕੱਢੀ ਜਾ ਰਿਹਾ। ਕਿੰਨਾ ਖਰਚਾ ਮਿਲਦਾ ਤੈਨੂੰ ਘਰੋਂ? ਘਰੋਂ ਖਰਚਾ ਕਿੰਨਾ ਮਿਲਦਾ? ਜਿੰਨਾ ਖਰਚੇ ਨੂੰ ਮਿਲ ਜਾਂਦਾ, ਮਤਲਬ 100 ਰੁਪਿਆ ਰੋਜ਼, 200 ਰੁਪਿਆ ਰੋਜ਼ ਪੜ੍ਹਦਾ ਵੀ ਨਾਲ? ਹਾਂਜੀ।
ਉਦੋਂ ਦਾ ਇਹ ਕੁਛ ਦੱਸਿਆ ਨਹੀਂ ਤੂੰ ਮਰੇ ਐਵੇਂ ਬਿਸਤੀ ਬਿਸ ਤੋਂ ਯਾਰ ਦੱਸ ਤੂੰ ਕਹਿ ਜੀ ਮੈਂ ਪੜ੍ਹਦਾ ਵਾਂ ਲਾ ਕਰਨ ਡਿਆ ਮੈਂ ਐਸ ਕਮਿਊਨੀਕੇਸ਼ਨ ਲਾ ਦਰਾ ਲਾ ਕਰਨ ਡਿਆ ਤੂੰ ਹਾਂਜੀ ਉਹ ਜਿਹੜਾ ਲਾ 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 ਨਹੀਂ ਉਹ ਲਾ ਨਹੀਂ ਲਾ 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 ਨਹੀਂ ਐਲ ਐਲ ਬੀ ਲਾ ਐਲ ਐਲ ਬੀ ਵਾਲਾ ਲਾ ਅੱਛਾ ਲਓ ਤੁਸੀਂ ਪਰਾਠਾ ਖਾਓਗੇ ਨਹੀਂ ਤੁਸੀਂ ਖਾਓ ਅਸੀਂ ਰੱਜੇ ਸਾਨੂੰ ਪਤਾ ਕਿੱਦਾਂ ਅਗਲਾ ਆਵੇ ਜੀ ਭਾਵੇਂ ਤੁਸੀਂ ਇੱਧਰ ਆਓ ਅੱਗੇ ਤੁਹਾਡੀ ਕਿੰਨੀ ਏਜ ਆ ਮੇਰੀ 20 ਸਾਲ 20 ਸਾਲ ਹਾਂਜੀ ਅੱਛਾ ਭਾਵੇਂ ਤੁਹਾਡਾ ਨਾਂ ਕੀ ਹੈ ਸੁਲਤਾਨ ਤਾਹਿਰ ਸੁਲਤਾਨ ਤਾਹਿਰ ਤਾਹਿਰ ਹਾਂਜੀ ਅੱਛਾ ਨਾਂ ਕਿੱਡਾ ਵੱਡਾ ਰੱਖ ਲੈਂਦੇ ਨੇ ਮਾਂ ਪਿਓ ਸੁਲਤਾਨ ਤਾਹਿਰ ਅਤੇ ਹੁਣ ਤੁਸੀਂ ਵੇਖਣਾ ਅੰਦਰ ਕੱਖ ਨਹੀਂ ਹੋਣਾ ਸੁਲਤਾਨ ਸਾਹਿਬ ਤੁਸੀਂ ਪੜ੍ਹਦੇ ਹੋ ਹਾਂਜੀ ਕਿੰਨਵੀਂ 'ਚ ਮੈਂ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕਰ ਤੂੰ ਜਿੱਡੀ ਔਖਾ ਮਕੈਨੀਕਲ ਕਿਹਾ ਤੂੰ ਪੜ੍ਹਿਆ ਨਹੀਂ ਤੂੰ ਜਿੱਡਾ ਮੂੰਹੋਂ ਔਖਾ ਤੇਰੇ ਮੂੰਹੋਂ ਮਕੈਨੀਕਲ ਲਫ਼ਜ਼ ਨਿਕਲਿਆ ਅਤੇ ਤੂੰ ਕਦੀ ਵੀ ਨਹੀਂ ਕਰ ਸਕਦਾ ਤੂੰ ਮੈਂ ਕਿਹਾ ਭਾਈ ਮੈਂ ਮਕੈਨੀਕਲ ਇੰਜੀਨੀਅਰ ਹੂੰ ਮੈਂ ਮਕੈਨੀਕਲ ਤੇਜ਼ ਕਿਹਾ ਹਾਂ ਮੈਂ ਮਕੈਨੀਕਲ ਇੰਜੀਨੀਅਰਿੰਗ ਨਹੀਂ ਮਕੈਨੀਕਲ ਇੰਜੀਨੀਅਰ ਨਹੀਂ ਕਰ ਸਿੱਧਾ ਕਹਿ ਤੇਜ਼ ਸਹੀ ਪ੍ਰੋਨਾਂਸੀਏਸ਼ਨ ਚ ਕਹਿ ਜ਼ਰਾ ਫਲੋ ਚ ਜੀ ਮੈਂ ਮਕੈਨੀਕਲ ਇੰਜੀਨੀਅਰ ਹੂੰ ਮੈਂ ਮਕੈਨੀਕਲ ਇੰਜੀਨੀਅਰ ਮੈਂ ਮਕੈਨੀਕਲ ਇੰਜੀਨੀਅਰ ਜਬ ਆਇਆ 20 ਸਾਲ ਚ ਹਾਂਜੀ ਕਿਹੜਾ ਐਸਾ ਕੰਮ ਆ ਜਿਹੜਾ ਤੁਸੀਂ ਸੋਚ ਕੇ ਖੁਸ਼ ਹੋ ਉਹ ਯਾਰ ਮੈਂ ਆਪਣੀ ਫੈਮਿਲੀ ਵਾਸਤੇ ਘਰਦਿਆਂ ਵਾਸਤੇ ਬਾਪ ਵਾਸਤੇ ਕੀ ਐਸਾ ਤੁਸੀਂ ਉਹਨਾਂ ਵਾਸਤੇ ਸੋਚਿਆ ਜਾਂ ਕੀ ਐਸਾ ਕੀਤਾ ਹੁਣ ਤੱਕ ਉਹਨਾਂ ਵਾਸਤੇ ਫਿਲਹਾਲ ਤਾਂ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਖਰਚਾ ਕਿੰਨਾ ਮਿਲਦਾ ਤੁਹਾਨੂੰ ਇਹੀ 15-20 ਹਜ਼ਾਰ 15-20 ਹਜ਼ਾਰ ਮਹੀਨੇ ਦਾ ਤੇਰੀ ਜੁੱਤੀ ਨੂੰ ਲੋੜ ਆ ਕੰਮ ਕਰਨ ਦੀ ਕੀ ਕਹਿ ਰਹੇ ਨੇ ਘਰਦਿਆਂ ਨੂੰ ਤੇਰੇ ਤੋਂ ਕੀ ਕੀ ਐਕਸੈਪਟ ਕਰਦੇ ਤੂੰ ਵੱਡਾ ਹੋ ਕੇ ਕੀ ਬਣੇਗਾ ਇੰਜੀਨੀਅਰ ਫਸ ਗਿਆ ਤੈਨੂੰ ਕਹਿਣਾ ਕਿਉਂ ਨਹੀਂ ਆ ਰਿਹਾ ਇੰਜੀਨੀਅਰ ਸਹੀ ਫਲੋ 'ਚ ਕਹਿੰਦਾ ਕਿਉਂ ਨਹੀਂ ਤੂੰ ਤੁਸੀਂ ਸਾਹਮਣੇ ਬੈਠੇ ਨੇ ਮੈਂ ਸਾਹਮਣੇ ਬੈਠਾ ਇਸ ਤੋਂ ਇਹ ਮਾਈਕ ਫੜ ਇਹਦੇ ਇੱਥੇ ਹੱਥ ਰੱਖ ਐਂ ਕਰਕੇ ਚੱਲ ਕਹਿ ਕਹਿ ਮਕੈਨੀਕਲ ਇੰਜੀਨੀਅਰ ਮਕੈਨੀਕਲ ਇੰਜੀਨੀਅਰ ਸਰ ਬਹੁਤ ਸ਼ੁਕਰੀਆ ਤੁਹਾਡਾ ਆਪਣੇ ਮਾਂ ਬਾਪ ਵਾਸਤੇ ਕੁਛ ਕਰਨਾ ਵਾ ਇਨਸ਼ਾਅੱਲਾ ਮੁਲਕ ਵਾਸਤੇ ਕੁਛ ਕਰਨਾ ਇਨਸ਼ਾਅੱਲਾ ਉਹ 21 ਸਾਲ ਦਾ ਕੱਖ ਨਹੀਂ ਕਰਨਿਆ ਤੂੰ 20 ਸਾਲ ਦਾ ਕੱਖ ਨਹੀਂ ਕਰਨਿਆ ਮੈਂ ਛੋਟਾ ਸਟੱਡੀ ਕਰ ਰਿਹਾ ਹਾਂਜੀ ਕਿੰਨਾ ਕੁ ਛੋਟਾ ਤੂੰ ਸਾਲ ਇੱਕ ਸਾਲ ਛੋਟਾ ਮੁੱਛਾਂ ਤੇਰੀਆਂ ਉਹਦੇ ਨਾਲ ਵੱਡੀਆਂ ਲੱਗਣੀਆਂ ਕੁਝ ਆਓ ਜੀ ਅਗਲੇ ਆਓ ਜੀ ਕਰੈਕਟਰ ਚਲੋ ਲਓ ਜੀ ਨਾਜ਼ਰੀਨ ਇਹ ਅਗਲੀ ਪਾਰਟੀ ਆ ਗਈ ਇਹ ਦੋ ਕਰੈਕਟਰ ਮੈਂ ਸੰਭਾਲੇ ਨੇ ਆਪਣੇ ਕਿਤੇ ਵੀ ਮੈਨੂੰ ਇਹਨਾਂ ਦੀ ਲੋੜ ਪੈ ਸਕਦੀ ਤੁਹਾਡਾ ਨਾਮ ਕੀ ਹੈ ਕੀ ਨਾਂ ਤੇਰਾ ਨੋਨੀ ਜਾਨੀ ਤੁਹਾਡਾ ਜਹਾਂਜ਼ੇਬ ਖਾਨ ਅਫਰੀਦੀ ਜਹਾਂਜ਼ੇਬ ਖਾਨ ਅਫਰੀਦੀ ਸਰ ਇਹ ਫੜੋ ਇਹ ਭਲਾ ਮੈਂ ਕਿਉਂ ਪੜਾਇਆ ਤੁਹਾਨੂੰ ਦੋਵਾਂ ਤਰ੍ਹਾਂ ਫੜੋ ਡਿੱਗ ਪੈਂਦਾ ਨਹੀਂ ਨਹੀਂ ਸਰ ਤੁਸੀਂ ਖਾਨ ਸਾਹਿਬ ਆ ਨਹੀਂ ਤੇ ਹੱਥ ਬੜਾ ਫਲੂਟ ਵਜਾਉਣ ਵਾਲਾ ਰੱਖਿਆ ਭੈਣ ਖਾਨ ਸਾਹਿਬ ਲੱਗ ਰਹੇ ਤੁਸੀਂ ਕੋਈ ਫਲੂਟ ਵਜਾਉਂਦਾ ਘਰ ਜਾਂ ਮੈਂ ਇਹਦਾ ਮਾਇਕ ਫੜਾ ਤੇ ਇੰਜ ਫੜ ਰਹੇ ਨੇ ਚਾਮ ਤੇ ਮੈਂ ਕਿਹਾ ਦੋ ਹੱਥਾਂ ਨਾਲ ਫੜੋ ਤੇ ਐਂ ਕਰ ਲਿਆ ਇਸ ਤਰ੍ਹਾਂ ਸੀ ਭੈਣ ਇੰਜ ਫੜ ਲਓ ਮੈਂ ਦੋ ਹੱਥਾਂ ਨਾਲ ਇੰਜ ਫੜ ਇਹ ਭਲਾ ਮੈਂ ਦੋ ਹੱਥਾਂ ਉੱਥੋਂ ਹਾਂ ਅਤਾਈਆਂ ਕੋ ਫੜੋ ਇਹ ਭਲਾ ਮੈਂ ਕਿਉਂ ਫੜਾਇਆ ਤੁਹਾਨੂੰ ਕਿਉਂ ਜੀ ਤਾਂ ਕਿ ਤੁਸੀਂ ਇੱਧਰ ਨੂੰ ਨਾ ਆਓ ਅੱਛਾ ਕਿਉਂਕਿ ਮੈਨੂੰ ਵੀ ਡਰ ਹੈ ਨਾ ਅੱਛਾ ਭੈਣ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮੋਹਸਿਨ ਅਲੀ ਮੋਹਸਿਨ ਅਲੀ ਤੁਸੀਂ ਕੀ ਕਰਦੇ ਆ ਮੈਂ ਇਲੈਕਟ੍ਰਿਕ ਦਾ ਕੰਮ ਕਰਦਾ ਇਲੈਕਟ੍ਰਿਕ ਕੀ ਜੂਸਰ ਮਸ਼ੀਨਾਂ ਠੀਕ ਕਰ ਅੱਛਾ ਇਲੈਕਟ ਇਹੋ ਜਿਹੇ ਬੱਚਿਆਂ ਨੂੰ ਘਰੋਂ ਇੰਨੀ ਕੁ ਵਾਰੀ ਸ਼ਾਟ ਪਈ ਹੁੰਦੀ ਉਹ ਲੋਕਾਂ ਨੂੰ ਦੱਸਣ ਲੱਗ ਪੈਂਦਾ ਮੈਂ ਇਲੈਕਟ੍ਰਿਕ ਦਾ ਕੰਮ ਕਰਦਾ ਹਰ ਤੀਜੇ ਦਿਨ ਤਾਂ ਸ਼ਾਟ ਪੈਂਦੀ ਮੇਰਾ ਬਿਜਲੀ ਦਾ ਕੰਮ ਆ ਉਹ ਕਿੱਦਾਂ ਜੀ ਮੈਨੂੰ ਜੀ ਆਏ ਦਿਨ ਬਿਜਲੀ ਲੱਗਦੀ ਰਹਿੰਦੀ ਕਦੀ ਬਾਂਹ 'ਤੇ ਲੱਗ ਜਾਂਦੀ ਕਦੀ ਉਂਗਲੀ 'ਤੇ ਲੱਗ ਜਾਂਦੀ ਮੇਰਾ ਜੀ ਇਸ ਤੋਂ ਬਿਜਲੀ ਦਾ ਕੰਮ ਆ ਜੀ ਅੱਛਾ ਸਰ ਕਿੰਨੀ ਉਮਰ ਤੁਹਾਡੀ ਮੇਰੀ 18 ਸਾਲ ਅੱਛਾ 21-20-18 ਥੱਲੇ ਨੂੰ ਆ ਰਿਹਾ ਕੰਮ ਇਹ ਨਾ ਪ੍ਰੋਗਰਾਮ ਦੇ ਐਂਡ 'ਤੇ ਇੱਥੇ ਛਿੱਲੇ ਦਾ ਬੱਚਾ ਪਿਆ ਹੋਵੇ ਕੁਰਸੀ ਬਿਲਕੁਲ ਹੀ ਥੱਲੇ ਨੂੰ ਆਈ ਜਾ ਰਿਹਾ ਕੰਮ ਅੱਛਾ ਇਹ ਦੱਸੋ ਸਰ ਕਿ 18 ਸਾਲ 'ਚ ਕੋਈ ਐਸਾ ਵਾਕਿਆ ਜਿਹੜੀ ਤੁਹਾਨੂੰ ਖੁਸ਼ੀ ਹੋਵੇ ਕਿ ਯਾਰ ਇਹ ਕੰਮ ਮੇਰੇ ਕੋਲੋਂ ਹੋਇਆ ਇੱਕ ਅੱਛਾ ਕੰਮ ਕੋਈ ਅੱਛਾ ਕੰਮ ਖੁਸ਼ੀ ਨਹੀਂ ਗਮੀ ਦੀ ਗੱਲ ਕਿਹੜੀ ਚਲੋ ਦੱਸੋ ਮੈਂ ਨਹਿਰ 'ਚ ਛਾਲ ਮਾਰੀ ਮੇਰਾ ਪੈਰ ਪਾੜ ਗਿਆ
ਨਹਿਰ ਸੁੱਕੀ ਸੀ? ਨਹੀਂ, ਗਿੱਲੀ ਨਹਿਰ ਚ ਪੈਰ ਪਾੜ ਗਿਆ। ਹਾਂ, ਇੱਟ ਲੱਗੀ ਹੋਈ ਸੀ, ਤਲੇ ਮੈਨੂੰ ਪਤਾ ਨਹੀਂ ਲੱਗਾ, ਮੈਂ ਛਾਲ ਮਾਰੀ ਉਹ ਫਿਰ ਗਈ, ਇੱਟ ਫਿਰ ਗਈ। ਮੈਂ ਘਰ ਆ ਕੇ ਇਹੀ ਗਿਆ, ਮੈਂ ਗਰਾਊਂਡ ਚ ਖੇਡ ਰਿਹਾ ਸੀ, ਛੁਰੀ ਫਿਰ ਗਈ ਇੱਥੇ। ਤੇ ਘਰਦਿਆਂ ਨੇ ਪੁੱਛਿਆ ਨੀ ਵੀ ਗਰਾਊਂਡ ਚ ਕਿਹੜਾ ਕਸਾਈਆਂ ਦਾ ਗਰਾਊਂਡ ਸੀ? ਸਕੂਲ ਕਿੰਨਾ ਪੜਿਆ ਤੂੰ? ਮੈਂ ਸਕੂਲ ਨਹੀਂ ਪੜ੍ਹਿਆ। ਗਿਆ ਹੀ ਨਹੀਂ? ਗਿਆ, ਪੰਜ ਤੱਕ ਗਿਆ ਬਸ। ਪੰਜ ਤੱਕ ਗਿਆ? ਪੰਜ ਤੱਕ ਮਤਲਬ ਪੰਜ ਕਲਾਸਾਂ ਕੀਤੀਆਂ ਬਸ। ਅੱਛਾ, ਮੈਂ ਘਰੇ ਸੁਬਹਾ ਸ਼ਾਮ ਪੰਜ ਤੱਕ ਮੈਂ ਗਿਆ ਜੀ, ਸਿਰਫ ਸ਼ਾਮ ਪੰਜ ਤੱਕ ਗਿਆ, ਉਸ ਤੋਂ ਬਾਅਦ ਦੁਬਾਰਾ ਨਹੀਂ ਗਿਆ। ਇਹੋ ਦਾ ਬੱਚਾ ਹੁੰਦਾ ਨਾ ਮਾਸੂਮ ਜਿਹਾ, ਪਹਿਲੇ ਦਿਨ ਸਕੂਲ ਜਾਂਦਾ ਨਾ, ਅਤੇ ਮਾਸੂਮ ਜਦੋਂ ਦੁਨੀਆ ਦਾ ਕੋਈ ਵੀ ਬੱਚਾ ਜਦੋਂ ਪਹਿਲੇ ਦਿਨ ਸਕੂਲ ਜਾਂਦਾ ਨਾ, ਤਾਂ ਉਹਨੂੰ ਐਂ ਲੱਗਦਾ ਕਿ ਮੈਂ ਗਲਤੀ ਕਰ ਲਈ ਪੈਦਾ ਹੋ ਗਏ, ਇਹ ਕੰਮ ਬਹੁਤ ਖਰਾਬ ਆ, ਅਤੇ ਉਹ ਬੜਾ ਮਾਯੂਸ ਹੋ ਕੇ ਜਾਂਦਾ, ਕਿਉਂਕਿ ਹਰ ਬੱਚਾ ਉਹਦੇ ਲਈ ਨਵਾਂ ਹੁੰਦਾ, ਮਿਸ ਵੀ ਨਵੀਂ, ਉਹ ਆਪਣੇ ਮਾਂ ਪਿਓ ਤੋਂ ਦੂਰ ਹੁੰਦਾ ਪਹਿਲੀ ਵਾਰੀ, ਉਹ ਤਾਂ ਬਾਅਦ 'ਚ ਐਸਾ ਐਸਾ ਰਚਦਾ ਨਾ, ਅਤੇ ਜਦੋਂ ਵਾਪਸ ਆਉਂਦਾ ਨਾ ਇੱਧਰ ਦਾ ਬੱਚਾ, ਤਾਂ ਉਹਨੂੰ ਮਾਂ ਕਹਿੰਦੀ ਮੇਰਾ ਪੁੱਤਰ ਪੜ੍ਹ ਆਇਆ, ਅਤੇ ਮਾਸੂਮ ਜਾ ਕਹਿੰਦਾ ਨਹੀਂ ਅੰਮੀ ਕੱਲ੍ਹ ਫਿਰ ਜਾਣਾ। ਅੱਛਾ ਸਰ, ਕੋਈ ਇੱਕ ਵਾਕਿਆ, ਇਹ ਤਾਂ ਉਹ ਵਾਕਿਆ ਸੀ ਨਾ ਕਿ ਸਾਨੂੰ ਸ਼ਰਮਿੰਦਗੀ ਤਾਂ ਨਹੀਂ ਨਾ, ਇਹ ਤਾਂ ਸਾਡੇ ਕੁਛ ਸ਼ਰਮਿੰਦਗੀ ਵਾਲਾ ਜਾਂ ਕੋਈ ਇੱਜ਼ਤ ਵਾਲਾ ਕਿ ਯਾਰ ਭੈਣ ਮੈਂ ਇਹ ਕੰਮ ਕੀਤਾ ਸੀ, ਮੈਂ ਮਸਜਿਦ ਵਿੱਚ ਇੱਕ ਵਾਰੀ 500 ਰੁਪਇਆ 400 ਰੁਪਇਆ 300 ਰੁਪਇਆ ਪਾਇਆ ਸੀ, ਮੈਂ ਇੱਕ ਵਾਰੀ ਇੱਕ ਫਕੀਰ ਮੈਨੂੰ ਲੱਗਾ ਤਰਸ ਆਇਆ, ਮੈਂ ਉਹਨੂੰ ਇਹ ਦੇ ਤਾ, ਮੈਂ ਇੱਕ ਬੱਚਾ ਮੈਨੂੰ ਸੋਹਣਾ ਲੱਗਾ ਮੈਂ ਆਪਣੀ ਸਾਈਕਲ ਹੀ ਉਹਨੂੰ ਦੇ ਦਿੱਤੀ, ਇੰਝ ਦਾ ਕੋਈ ਨਹੀਂ, ਜਾਂ ਮੈਨੂੰ ਇੱਕ ਬੰਦਾ ਲੱਗਾ ਕਿ ਪਠਾਣ ਆ ਤਾਂ ਮੈਂ ਆਪਣੀ ਮਤਲਬ ਜੇਬ 'ਚ ਜੋ ਕੁਛ ਵੀ ਸੀ ਮੈਂ ਕੱਢ ਕੇ ਉਹ ਘੜੀ ਵੀ ਉਹਨੂੰ ਦੇ ਦਿੱਤੀ, ਉਹਨੂੰ ਮੈਂ ਚੀਜ਼ਾਂ ਸਾਰੀਆਂ ਮੈਂ ਉਹਨੂੰ ਦੇ ਦਿੱਤੀਆਂ। ਇੱਦਾਂ ਦਾ ਵਾਕਿਆ ਹੈ ਪਠਾਣ ਵਾਲਾ? ਹਾਂ, ਕੋਈ ਐਸਾ ਵਾਕਿਆ ਨਹੀਂ। ਅੱਛਾ, ਅਗਰ ਕਿਸੇ ਮੁਲਕ ਨਾਲ ਸਾਡੀ ਜੰਗ ਲੱਗ ਜਾਂਦੀ ਤੂੰ ਕੀ ਕਰੇਗਾ? ਮੈਂ ਸਮੋਸੀਆਂ ਲਾ ਲਾਂ। ਰਸ ਬਣਾਉਣਾ ਬੇਟਾ, ਉੱਥੇ ਸਿਰਫ ਤੇਰਾ ਇੰਨਾ ਹੱਥ ਪਿਆ ਹੋਣਾ ਤੇ ਉਹਦੇ ਅੱਗੇ ਸਮੋਸਾ ਹੋਣਾ, ਤੇ ਪਿੱਛੇ ਧੋਣਾ ਹੀ ਨਹੀਂ। ਲਓ ਜੀ ਨਾਦਰੀਨ, ਆ ਪੜਨਾ ਫੜਨਾ। ਲੋਕਾਂ ਨੇ ਕਹਿਣਾ ਕਿ ਜਦੋਂ ਇੰਜ ਕਰਕੇ ਫੈਕਟ ਲੱਗਦਾ, ਇਨਫੈਕਟ ਤੋਂ ਬਾਅਦ ਦੁਬਾਰਾ ਆਉਂਦੇ ਨਾ, ਤੇ ਇੱਕ ਪਲੇਟ ਘਟੀ ਹੁੰਦੀ ਹੈ। ਇਹ 3 ਸੀ, ਇਹ 3 ਸੀ ਨਾ ਨਾਦਰੀਨ। ਆ ਦੇਖੋ, ਜਦੋਂ ਪਹਿਲੇ 2 ਬਦਲੇ ਗਏ, ਇਹ ਹੁਣ ਇਹ ਰਹਿ ਗਿਆ ਬਸ, ਹੁਣ ਜਦੋਂ ਇਹਨਾਂ ਨੇ ਜਾਣਾ ਨਾ, ਉਸ ਤੋਂ ਬਾਅਦ ਇਕੱਲੀ ਆ ਚਟਣੀਆਂ ਰਹਿ ਜਾਣੀਆਂ। ਉਹ ਮੇਰੀ ਚਾਹ ਭੈਣ, ਤੁਹਾਡਾ ਨਾਂ ਕੀ ਹੈ? ਅਬਦੁਲ ਰਹਿਮਾਨ। ਅਬਦੁਲ ਰਹਿਮਾਨ, ਹਾਂਜੀ, ਮਾਸ਼ਾਅੱਲਾ। ਤੇ ਤੁਹਾਡੀ ਉਮਰ ਕਿੰਨੀ ਹੈ? ਉਮਰ 22 ਸਾਲ। 22 ਸਾਲ, ਹਾਂਜੀ। 22, 21, 18, 20 ਏਦਾਂ ਹੀ ਆ? ਹਾਂਜੀ, ਮਾਸ਼ਾਅੱਲਾ, ਕੀ ਬਾਤ, ਚਲੋ ਸ਼ੁਕਰ ਆ। ਅੱਛਾ ਸਰ, ਤੁਸੀਂ ਕੀ ਕਰਦੇ ਆ? ਇਲੈਕਟ੍ਰੀਸ਼ਨ। ਇਲੈਕਟ੍ਰੀਸ਼ਨ, ਕੀ ਕਰਦੇ ਆ? ਬਿਜਲੀ ਦਾ ਕੰਮ। ਤੂੰ ਵੀ ਇਲੈਕਟ੍ਰੀਸ਼ਨ? ਤੂੰ ਵੀ ਇਲੈਕਟ੍ਰੀਸ਼ਨ? ਹਾਂਜੀ। ਤੁਸੀਂ ਅੱਗ ਲੈਦਾ ਲੈਦਾ ਕਰ ਰਹੇ ਇਕੱਠੇ ਹੀ? ਨਹੀਂ, ਇਕੱਠੇ। ਉਹ ਆਪਣਾ ਲੈਦਾ, ਤੂੰ ਆਪਣਾ? ਹਾਂਜੀ। ਉਹ ਅਸਮਾਨੀ ਬਿਜਲੀ ਦਾ ਕਰਦਾ, ਤੂੰ ਜ਼ਮੀਨੀ ਬਿਜਲੀ? ਕੀ ਫਰਕ ਕੀ ਦੋਵਾਂ 'ਚ? ਫਰਕ ਇਹ ਆ, ਜੂਸਰ ਮਸ਼ੀਨ ਨਾਲ ਸਹੀ ਕਰਦਾ, ਮੈਂ ਪੱਖੇ ਵੀ ਕਰਦਾ ਸਹੀ। ਅੱਛਾ ਯਾਰ, ਅੱਛਾ ਫੈਸਲਾਬਾਦ ਦੇ ਵਿੱਚ ਨਾ 16ਵੀਂ ਪੜ੍ਹ ਜਾਣਾ, ਇਹਨੇ ਇਹੀ ਕਹਿਣਾ ਇਹ ਯੂਸਰ ਮਸ਼ੀਨ ਨਾਲ ਸਹੀ ਕਰਦਾ। ਕਿਹੜੇ ਪੱਖੇ ਸਹੀ ਕਰਦੇ? ਜਿਹੜੇ ਬਾਹਰ ਨਾ ਦਿੰਦੇ ਹੋਣਗੇ, ਜਿਹੜੇ ਬਿਲਕੁਲ ਬੰਦ ਹੋ ਜਾਂਦੇ ਹੋਣ? ਆਖਰੀ ਬਾਤ ਹੈ, ਜਿਹੜੇ ਬੰਦ ਹੋ ਗਏ ਅਤੇ ਜਿਹੜੇ ਪੱਖੇ ਬਾਹਰ ਨਹੀਂ ਦੇ ਰਹੇ, ਉਹ ਵੀ ਖਰਾਬ? ਉਹ ਫਿਰ ਪਰ ਸਹੀ ਸਿੱਧੇ ਕਰੀ ਦੇ, ਉਹ ਬਾਹਰੋਂ ਮਕੈਨਿਕ ਕਰਾਈ ਦੇ। ਉਹ ਤੂੰ ਆਪ ਨਹੀਂ ਕਰਦਾ? ਨਹੀਂ, ਪਰ ਉਹ ਸਿੱਧੇ ਕਰਦਾ। ਹਾਂਜੀ, ਲੈਦਾ ਮਕੈਨਿਕ। ਅੱਛਾ, ਵਾਲਦੈਨ ਹਯਾਤ ਨੇ? ਹਾਂਜੀ। ਅੰਮੀ ਅੱਬੂ? ਹਾਂਜੀ। ਮਾਸ਼ਾਅੱਲਾ। ਘਰ ਕਿੱਥੇ ਆ? ਘਰ ਇੱਥੇ ਮੰਡੀ ਕੁਆਟਰ। ਮੰਡੀ ਕੁਆਟਰ, ਹਾਂਜੀ। ਯਾਰ ਇਹ 'ਚ ਕਿਹੜੀ ਅਸਲ ਵਾਲੀ ਗੱਲ ਆ ਯਾਰ, ਇਹ 'ਚ ਕਿਹੜੀ ਅਸਲ? ਮੰਡੀ ਕੁਆਟਰ ਕਿਹੜਾ ਲਾਸ਼ਾਂ ਰਹਿੰਦੀਆਂ? ਅੱਛਾ ਨਾਦਰੀਨ, ਇਹ 2 ਕਰੈਕਟਰ ਜਿਹੜੇ ਨਾ, ਮੈਂ ਤੁਹਾਨੂੰ ਬੁਲਾਉਣਾ, ਤੁਸੀਂ ਇਹ ਨਾ ਸੋਚਣਾ ਕਿ ਪਤਾ ਨਹੀਂ ਇਹ 2 ਦੇ ਵਿਹਲੇ ਬੈਠੇ ਮੈਂ, ਇਹ ਕੋਈ ਐਸਾ ਚੱਕਰ ਨਹੀਂ ਹੈ, ਇਹ ਤੇ ਆਪਣਾ ਕੰਮ ਕਰ ਰਿਹਾ, ਤੁਸੀਂ ਦੇਖ ਰਹੇ ਆ, ਇਹ ਵੀ ਕਰ ਰਿਹਾ, ਇਹ ਦੇਖੋ ਇੰਨਾ ਕਿਹੜਾ ਰਹਿ ਗਿਆ ਨਾ, ਇਹ ਕੰਮ ਕਰ ਰਿਹਾ। ਉਹਦਾ ਤਲੀਮ ਕਿੰਨੀ ਆ? ਤਲੀਮ 8। 8 ਮਿਡਲ, ਮੇਰੀ ਵੀ 8 ਹੀ ਆ। ਮਾਸ਼ਾਅੱਲਾ। ਇੰਗਲਿਸ਼ ਆਉਂਦੀ ਥੋੜ੍ਹੀ ਬਹੁਤ? ਹਾਂਜੀ। ਵਾਟ ਇਜ਼ ਯੋਰ ਫਾਦਰ ਨੇਮ? ਅਰਸ਼ਦ, ਮੁਹੰਮਦ ਅਰਸ਼ਦ। ਅੱਬੂ ਕਹਿੰਦਾ ਨਾ ਤੂੰ? ਹਾਂਜੀ। ਬਾਲ ਸਾਨੂੰ ਅੱਬੂ ਕਹਿੰਦਾ? ਹਾਂਜੀ। ਮੈਂ ਕਿਹਾ ਵਾਟ ਇਜ਼ ਯੋਰ ਫਾਦਰ ਨੇਮ? ਕਹਿੰਦਾ ਅਰਸ਼ਦ। ਯੂ ਹੈਵ ਮਿੰਨੇ ਕਹਿ ਧੋਰ ਮੇ? ਕੋਈ ਨੀ, ਹੈ ਨੀ ਕੋਲ। ਕੋਈ ਇੱਕ ਕੰਮ ਐਸਾ ਜ਼ਿੰਦਗੀ ਦਾ ਜਿਹੜਾ ਤੈਨੂੰ ਕਦੀ ਯਾਦ ਆਵੇ, ਤੇਰੇ ਜ਼ਮੀਰ ਨੂੰ ਖੁਸ਼ੀ ਮਹਿਸੂਸ ਹੋਵੇ ਕਿ ਯਾਰ ਐਵੇਂ ਕੋਈ ਇੱਕ ਨੇਕੀ ਦਾ ਕੰਮ ਹੋਇਆ ਜਾਂ ਕੋਈ ਅੱਛਾ ਕੰਮ ਹੋਇਆ? ਮੈਂ ਨਹਿਰ 'ਤੇ ਗਿੜੀਆਂ ਨੂੰ ਦਾਲ ਪਾ ਕੇ ਆਇਆ ਸੀ।
ਕੀ ਕਰ ਗਏ ਅਸੀਂ? ਕੀੜੀਆਂ ਨੂੰ ਦਾਲ ਪਾ ਗਏ ਨਹਿਰ ਤੇ। ਹਾਂਜੀ ਨਹਿਰ ਤੇ, ਮਤਲਬ ਨਹਿਰ ਤੋਂ ਇਲਾਵਾ ਕੀੜੀਆਂ ਨਹੀਂ ਹੁੰਦੀਆਂ ਕਿਤੇ? ਉਹ ਨਹੀਂ, ਉੱਥੇ ਜ਼ਿਆਦਾ ਇਕੱਠੀਆਂ ਹੋਈ ਹੁੰਦੀਆਂ। ਕੀ ਭੋਲੀ ਭੋਲੇ ਜਵਾਨ ਨੇ ਸਾਡੇ, ਦੇਖੋ ਉਹਦੀ ਗੱਲ ਸੁਣੋ ਤੁਸੀਂ। ਮੈਂ ਨਹਿਰ ਤੇ ਕੀੜੀਆਂ ਨੂੰ ਪੱਠੇ ਪਾ ਗਿਆ ਸੀ। ਨਹੀਂ ਦਾਲ ਪਾ ਗਿਆ, ਦਾਲ ਪਾ ਕੇ ਆਇਆ ਸੀ ਮੈਂ, ਅਤੇ ਨਹਿਰ ਤੇ ਇਸ ਤੋਂ ਪਾ ਗਿਆ ਸੀ, ਉੱਥੇ ਜ਼ਿਆਦਾ ਇਕੱਠੀਆਂ ਹੋਈਆਂ ਹੁੰਦੀਆਂ। ਅੱਛਾ ਤੈਨੂੰ ਇਹ ਕਿਦਾਂ ਪਤਾ ਲੱਗਾ ਕੀੜੀਆਂ ਦਾਲ ਖਾਂਦੀਆਂ ਨੇ? ਉਹ ਰੋਟੀ ਨਹੀਂ ਸੀ ਆਇਆ, ਮੈਂ ਕਿਹਾ ਉਹਨਾਂ ਨੂੰ ਪਾ ਦਿਓ। ਕੋਈ ਗਰਲਫ੍ਰੈਂਡ ਹੈ ਕੋਈ ਐਸਾ ਜਿਹਨਾਂ ਲੜਕੀ ਜਿਹਨਾਂ ਤੋਂ ਪਿਆਰ ਕਰਦਾ ਹੋਵੇ? ਨਹੀਂ ਕੋਈ ਨਹੀਂ। ਹੈਂ? ਕੋਈ ਨਹੀਂ ਕੋਈ ਨਹੀਂ ਨਹੀਂ, ਮਤਲਬ ਉਹ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਵੀ ਕਰਦੀ ਹੋਵੇ, ਤੂੰ ਕਰਦਾ ਹੋਵੇ ਬਸ। ਤੈਨੂੰ ਕੋਈ ਲਾਈਕ 'ਚ ਲੜਕੀ ਅੱਛੀ ਲੱਗੀ ਕਦੀ? ਲੱਗੀ ਸੀ। ਲੱਗੀ ਸੀ? ਹਾਂਜੀ। ਕਿੰਨੇ ਬੱਚੇ ਸੀ ਉਹਦੇ? ਹੁਣ ਤੇਰੇ ਮੈਂ ਮੂੰਹ 'ਚ ਦੇ ਕੇ ਨਾ ਉੱਤੇ ਟੇਪ ਲਾ ਦੇਣੀ ਹੈ, ਤੇਰੇ ਮੂੰਹ 'ਚ ਪੂਰਾ ਤੁਰਨ ਕੇ ਮੈਂ ਟੇਪ ਲਾ ਦੇਣੀ, ਤੇਰੀ ਆਵਾਜ਼ ਪਤਾ ਕਿੱਦਾਂ ਆਉਣੀ ਹੈ। ਅੱਛਾ ਵਾਲਦੈਨ ਨੇ, ਹਾਂਜੀ, ਮਤਲਬ ਤੂੰ ਘਰ ਖਰਚਾ ਕਿੰਨਾ ਦਿੰਦਾ ਜਾਂ ਦਿੰਦਾ ਜਾਂ ਲੈਂਦਾ ਵਾ? ਨਹੀਂ ਦਿੰਦਾ, ਦਿੰਦਾ ਵਾ। ਹਾਂਜੀ। 20-25 ਹਜ਼ਾਰ ਰੁਪਏ ਮਹੀਨੇ ਦਾ ਦੇ ਦਿੰਦਾ? ਨਹੀਂ ਨਹੀਂ, 4,000 ਰੁਪਇਆ ਦਿੱਤਾ। 16,000 ਰੁਪਏ ਮਹੀਨਾ? ਹਾਂਜੀ। ਅੰਮੀ ਨੂੰ ਦਿੰਦਾ? ਹਾਂਜੀ। ਮਾਸ਼ਾ ਅੱਲਾਹ, ਤੇ ਰਾਜ਼ੀ ਨੇ ਤੇਰੇ ਤੋਂ? ਇਹ ਤਾਂ ਮੈਨੂੰ ਤਾਂ ਨਹੀਂ ਪਤਾ, ਮੈਂ ਤਾਂ ਰਾਜ਼ੀ ਹਾਂ ਘਰ। ਅੱਛਾ ਬੇਟਾ ਜੀ, ਜਦੋਂ ਤੂੰ ਵਿਆਹ ਕਰਾਉਣਾ ਨਾ, ਕਮ ਅਜ਼ ਕਮ ਘੱਟ ਤੋਂ ਘੱਟ ਬਹੁਤ ਸਿੱਟ ਕੇ ਵੀ ਤੂੰ ਵਿਆਹ ਕਰੇ ਨਾ, ਤੇ 10 ਲੱਖ ਰੁਪਇਆ ਲੱਗਣਾ। ਨਹੀਂ, ਥੋੜ੍ਹੇ ਲੱਗ ਜਾਣ। ਥੋੜ੍ਹੇ ਲੱਗਣੇ? ਹਾਂਜੀ। ਮਤਲਬ ਮੇਰੇ ਹਿਸਾਬ ਨਾਲ 85,000 ਰੁਪਏ ਤੋਲਾ ਵਾ ਸੋਨਾ, ਤੂੰ ਕੋ 2 ਤੋਲੇ ਵੀ ਪਾਵੇਂ ਆਪਣੇ ਬੁੱਢੀ ਨੂੰ, 2 ਤੋਲੇ ਜਾਂ ਚਲੋ 1 ਤੋਲਾ ਵੀ ਪਾ ਦੇਵੇ, 85,000 ਦਾ। 85, ਯਾਨੀ ਤੂੰ ਹਿਸਾਬ ਲਾਇਆ, ਜੰਜ ਦੇ ਕਿੰਨੇ ਬੰਦੇ ਹੋਣਗੇ? ਕਮ ਅਜ਼ ਕਮ 100 ਕੁ ਬੰਦਾ ਹੋਏਗਾ। ਹਾਂਜੀ। ਬਰਾਦਰੀ 'ਚ ਕੋਈ ਮੂੰਹ ਲਾਉਂਦਾ ਕਿ ਨਹੀਂ? ਮੇਰੇ ਹਿਸਾਬ ਨਾਲ 2-3 ਲੱਖ ਰੁਪਇਆ। ਹਾਂਜੀ। ਮਾਸ਼ਾਅੱਲਾ ਬੇਟਾ, ਕੋਈ ਬੰਦਾ ਮਰਦਾ ਨਾ ਤੇ 80,000 ਰੁਪਏ ਦੀ ਕਵਰ ਆ, ਫੌਤਗੀ 2.5-3 ਲੱਖ ਰੁਪਏ ਦੀ ਫੌਤਗੀ ਪੈਂਦੀ ਆ, ਇਹ ਜੈਨੂਨ ਗੱਲ ਆ। ਇਹ ਫਿਰ ਨਾ ਕਰਾਉਣ ਵਾਲੀਆਂ ਗੱਲਾਂ। ਬੇਟਾ 3 ਟਾਈਮ ਦੀ ਰੋਟੀ, ਇੱਕ ਦੌਰ ਹੁੰਦਾ ਸੀ ਜਦੋਂ ਮਾਮਾ, ਉਦੋਂ ਪੈਸੇ ਖੁੱਲੇ ਹੁੰਦੇ ਸੀ, ਮਾਮਾ ਆ ਗਿਆ, ਓਏ 3 ਦਿਨ ਰੋਟੀ ਮੈਂ ਦੇਣੀ, ਓਏ ਪਰੋ ਜੇ ਬੋਲੇ ਕੋਈ ਨਾ, ਚਾਚਾ ਆ ਗਿਆ, ਲੜਾਈ ਹੋ, ਮੇਰਾ ਭੜਵਈਆ ਮਰਿਆ, ਮੈਂ ਰੋਟੀ ਮੇਰੀ ਬਣਦੀ ਹੈ ਸਸਤੀ ਰੋਟੀ, 20,000 ਦੀ, 10,000 ਦੀ, 3 ਦਿਨਾਂ ਦੀ ਰੋਟੀ, ਹੁਣ ਦਿਲ ਕਰੇ ਹੁਣ ਆ ਕੇ ਤੇ ਮਾਮਾ ਜੀ ਤੁਹਾਡਾ ਭੜਵਈਆ ਮਰਿਆ ਤੇ ਰੋਟੀ, ਮੇਰਾ ਕਿਤੋਂ, ਮੇਰੇ ਲਈ ਤੇ 10 ਸਾਲ ਪਹਿਲਾਂ ਤਾਂ ਮਰ ਗਿਆ, ਮੇਰੇ ਲਈ ਤਾਂ ਉਦੋਂ ਮਰ ਗਿਆ ਸੀ ਜਦੋਂ ਮੈਂ ਮੇਰੇ ਰਿਸ਼ਤੇ ਦਾ ਜਵਾਬ ਦਿੱਤਾ ਸੀ। ਬੇਟਾ ਸਹੀ ਗੱਲ ਆ, 2.5-3 ਲੱਖ ਰੁਪਇਆ ਫੌਤਗੀ ਦਾ ਪੈਂਦਾ ਅੱਜ ਕੱਲ੍ਹ, ਮਰਨਾ ਕੋਈ ਸੌਖਾ ਨਹੀਂ, ਯਾਨੀ ਮਰ ਕੇ ਵੀ ਬੰਦਾ ਘਰਦਿਆਂ ਨੂੰ ਮਕਰੂਜ਼ ਕਰਕੇ ਜਾਂਦਾ, ਤਾਂ ਤੂੰ ਵਿਆਹ ਕਹਿ ਰਿਹਾ ਮੈਂ 2 ਲੱਖ ਨਾਲ ਕਮਾ ਕਰ ਲੈਣਾ। ਨਾਦਰੀ ਨੇ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ, ਤੇ ਵਿਆਹ ਦੀ ਗੱਲ ਅੱਗੇ ਤੋਰਦੇ, ਤੇਰਾ ਜਾਣਾ ਨਹੀਂ ਤੁਸੀਂ ਕਿਤੇ। ਵੈਲਕਮ ਬੈਕ ਨਾਦਰੀਨ, ਪ੍ਰੋਗਰਾਮ ਦੁਬਾਰਾ ਖੁਸ਼ ਆਮਦੀਦ। ਇੱਕ ਬੜੀ ਇੰਟਰਸਟਿੰਗ ਗੱਲ ਹੋ ਰਹੀ ਸੀ ਇਹਦੇ ਵਿਆਹ ਦੀ, ਔਰ ਇਹਨੂੰ ਲੈ ਕੇ ਬਾਕੀ ਸਾਰੇ ਵੀ ਜਿਹੜੇ ਦੋਸਤ ਨੇ ਸਾਰਿਆਂ ਨੂੰ ਯਾਨੀ ਕਿ ਪਤਾ ਲੱਗੇਗਾ, ਇਹ 2 ਕਰੈਕਟਰ ਮੈਂ ਰੱਖੇ ਨੇ ਕਿਸੇ ਮਕਸਦ ਵਾਸਤੇ। ਤੁਸੀਂ ਇਹ ਨਹੀਂ ਟੈਨਸ਼ਨ ਲੈਣੀ ਕਿ ਇਹ ਕਿਉਂ ਨਹੀਂ ਗੱਲ ਕਰ ਰਹੇ, ਇਹ ਗੱਲ ਕਰ ਰਹੇ ਨੇ, ਇਹ ਦੇਖੋ। ਅੱਛਾ ਤੂੰ ਕਿੱਦਾਂ ਕਹਿ ਰਿਹਾ ਕਿ 2 ਲੱਖ ਰੁਪਏ ਦਾ ਤੇਰਾ ਵਿਆਹ ਹੋ ਜਾਏਗਾ? ਮਸਲਾਂ ਮੈਨੂੰ ਹਿਸਾਬ ਕਰਕੇ ਜ਼ਰਾ ਦੱਸ ਬੇਟਾ। 25 ਰੁਪਏ ਦਾ ਨਾਂ ਨਾ ਲੱਖ ਲਾਂ। ਅੱਛਾ ਨਹੀਂ ਵੀ ਸਿਰ ਹੋਣਾ ਨਾ, ਇਹ ਕੰਜਰ ਸਿਰ ਕਰਾ ਦਿੰਦਾ। ਅੱਛਾ ਗੱਲ ਇਹ ਹੈ ਕਿ ਤੂੰ 7 ਲੱਖ ਰੁਪਏ ਨਾਲ ਵਿਆਹ ਹੋਣਾ ਤੇਰਾ? ਹਾਂਜੀ। 7 ਲੱਖ ਰੁਪਏ ਨਾਲ ਤੇਰਾ ਵਿਆਹ ਹੋਣਾ? ਹਾਂਜੀ। ਉਹ ਮਤਲਬ ਪੂਰਾ ਹੋ ਜਾਏਗਾ ਵਿਆਹ 7 ਲੱਖ ਨਾਲ, ਮਾਈਆਂ, ਮਹਿੰਦੀ, ਹਲਦੀ, ਬਰਾਤ, ਇਨਸ਼ਾਅੱਲਾ ਤਾਲਾ ਪੂਰਾ, ਤੇ ਉਹ ਜਿਹੜਾ ਵਲੀਮਾ, ਸਾਰਾ ਕੁਝ 7 ਲੱਖ ਨਾਲ, ਜੇਵਰ ਪਾ ਕੇ ਵੀ, ਤੇ ਮਤਲਬ ਭੈਣਾਂ ਭਰਾਵਾਂ ਨੂੰ ਜੁੱਤੀਆਂ ਲੈ ਕੇ, ਕੱਪੜੇ ਦੇ ਕੇ, ਸੱਸ ਸਹੁਰੇ ਨੂੰ ਘੜੀਆਂ ਛੜੀਆਂ, ਉਹਨਾਂ ਨੂੰ ਸਾਰਿਆਂ ਨੂੰ ਪਾ ਕੇ ਹਰ ਚੀਜ਼। ਇਹ ਮੈਨੂੰ ਲੱਗਦਾ ਤੁਸੀਂ ਇੱਥੇ ਨਾ ਕਰਾ ਦੇਣੀ।
ਸਾਰਾ ਕੁਛ ਹੀ ਹੁੰਦਾ ਬੇਟਾ। ਸੂਟ ਜਦੋਂ ਲੱਗਦੇ ਆ ਨਾ ਤੇ ਲੱਗ ਪਤੇ ਜਾਂਦੇ ਆ। ਜਿਹੜੀ ਤੇਰੀ ਬੁੱਢੀ ਹੈ ਨਾ, ਇਹ ਮੇਰੀ ਬੁੱਢੀ ਦੇ ਫੁੱਫੀ ਦਾ, ਇਹ ਉਹਦੀ ਬੰਦੇ ਦਾ, ਇਹ ਫੁੱਫੀ ਬੁੱਢੀ ਦੀ ਮਾਸੀ ਦਾ ਸੂਟ, ਇਹ ਮਾਸੀ ਦੇ ਬੰਦੇ ਦਾ, ਮਾਸੜ ਦਾ ਸੂਟ, ਇਹ ਮਾਸੜ ਸਹੁਰੇ ਦਾ, ਫੁੱਫੜ ਸਹੁਰੇ ਦਾ, ਇਹ ਫਲਾਣੇ ਦਾ, 3000 ਸੂਟ ਲੱਗਦਾ ਵਾ। ਨਹੀਂ ਜੀ ਮੇਰਾ ਨਹੀਂ। ਇੱਕ ਸੂਟ ਵੀ ਘੱਟ ਲਾ ਦਿਓ ਨਾ, ਦਿਲ ਕਰੇ ਫੁੱਫੜ ਸਹੁਰੇ ਨੂੰ, ਉਹਨੇ ਫਸਾਦ ਪਾਇਆ ਹੁੰਦਾ ਲੈਦਾ ਜੀ। ਮੇਰਾ ਨਹੀਂ ਹੁੰਦਾ ਫਿਰ। ਸਾਡੇ ਜਿਹੜੇ ਵਿਆਹ ਹੁੰਦੇ ਨੇ ਨਾਦਰੀਨ, ਮੈਂ ਤੁਹਾਨੂੰ ਜੈਨੂਇਨ ਗੱਲ ਦੱਸਾਂ, ਸਾਡਾ ਜਿਹੜਾ ਤਬਕਾ ਨਾ, ਮਿਡਲ ਤਬਕਾ, ਸਾਰੇ ਮੇਰੇ ਵਰਗੇ ਭਰਾ ਬੈਠੇ ਨੇ, ਸਾਡੇ ਵਿਆਹਾਂ 'ਤੇ ਬੜਾ ਸ਼ੁਗਲ ਹੁੰਦਾ। ਅਗਰ ਤੁਸੀਂ ਥੋੜ੍ਹਾ ਜਿਹਾ ਗੌਰ ਕਰੋ ਨਾ, ਮਸਲਨ ਕਿ ਸੂਟ ਚਲਾ ਗਿਆ ਨਾ, ਤਾਂ ਸਭ ਤੋਂ ਪਹਿਲੇ ਮਤਲਬ ਸੱਸ ਨੂੰ ਸੂਟ ਲਾਇਆ ਨਾ, ਅਤੇ ਸੱਸ ਨੇ ਸਭ ਤੋਂ ਪਹਿਲੇ, ਕਿਉਂਕਿ ਕੱਪੜਾ ਨਾ ਫੈਸਲਾਬਾਦ ਉਹਦੀ, ਉਹ ਚੈੱਕ ਕਰਨਾ ਕਿ ਪਿੱਕ ਕੀ ਹੈ ਇਹਦੇ, ਉਹਨੇ ਚੈੱਕ ਕਰਨਾ, ਉਹਨੇ ਕਹਿਣਾ ਇਹ 'ਤੇ ਬੋਰ ਆ ਜਾਣੀ, ਮਤਲਬ ਸੂਟ 'ਤੇ ਚੰਗਾ ਲਾ ਦੇਵੇ। ਉਹ ਜਿਵੇਂ ਇੱਕ ਮੈਨੂੰ ਕੱਲ੍ਹ ਬੰਦੇ ਨੇ ਲਤੀਫਾ ਸੁਣਾਇਆ, ਉਹਨੇ ਕਿਹਾ ਇੱਕ ਖਾਨ ਸਾਹਿਬਾਂ ਦਾ ਨਾ ਵਿਚਾਰੇ ਦਾ ਕੋਈ ਮਰ ਗਿਆ, ਅਤੇ ਉਹਨਾਂ ਨੇ ਇੱਕ ਖਾਨ ਸਾਹਿਬ ਨੂੰ ਪੈਸੇ ਦਿੱਤੇ ਕਿ ਆ ਲੈਣਾ ਕਫਨ ਲੈ ਕੇ ਆ, 10,000 ਰੁਪਏ ਦਿੱਤਾ ਕਿ ਯਾਰ ਜਿੰਨੇ ਦਾ ਆਏਗਾ 2-4 ਹਜ਼ਾਰ ਦਾ। ਅਤੇ ਖਾਨ ਸਾਹਿਬ ਨੇ 2,000 ਦਾ ਕਫਨ ਲਿਆ ਅਤੇ 5 ਆਪ ਰੱਖ ਕੇ ਅਤੇ 3 ਉਹਨਾਂ ਨੂੰ ਬਾਕੀ ਦੇ ਰਿਹਾ। ਕਹਿੰਦੇ ਕਿੰਨੇ ਦਾ ਕਫਨ ਆਇਆ? ਕਹਿੰਦਾ 7,000 ਦਾ। ਉਹ ਕਹਿੰਦੇ 7,000 ਦਾ ਕਫਨ? ਕਹਿੰਦਾ ਜੀ ਇੱਥੇ ਬੋਰ ਨਹੀਂ ਆਉਂਦੀ। ਨਿੱਕੀ ਨਿੱਕੀ ਗੱਲ ਤੋਂ ਰੌਲੇ ਹੁੰਦੇ ਨੇ। ਨਹੀਂ ਮੈਨੂੰ ਲੱਗਦਾ ਮੈਨੂੰ ਫੋਤਗੀ ਬਾਅਦ 80,000 ਜੋੜਨਾ ਪੈਣਾ। ਮੈਨੂੰ ਲੱਗਦਾ ਜਿੰਨੀ ਕਬਰ ਮਹਿੰਗੀ ਹੋ ਗਈ ਨਾ, ਇਹ ਮੁੱਲੇ ਚ ਲਾਣ ਹੋਇਆ ਕਰਨਾ ਵੀ ਸਾਡੇ ਕੋਲ ਇੱਕ ਮੁਰਦਾ ਹੈਗਾ, ਅਗਰ ਕਿਸੇ ਕੋਲ ਹੈਗਾ ਤੇ ਅੱਧੇ ਤੇ ਪੈਸੇ ਪਾ ਕੇ ਦਫਨਾਉਣਾ ਤੇ ਅੱਜ ਲਓ ਜੀ ਪਾਇਨ। ਯਾਨੀ ਕਿ ਹੁਣ ਤੁਸੀਂ ਯਾਨੀ ਕੋਈ ਐਸਾ ਕੰਮ ਨਹੀਂ ਕੀਤਾ ਹਾਲ ਤੱਕ ਸਵਾਏ ਕੀੜੀਆਂ ਨੂੰ ਦਾਲ ਪਾਉਣ ਤੋਂ? ਮਾਸ਼ਾਅੱਲਾ। ਚਲੋ ਕੀੜੀਆਂ ਨੂੰ ਵੈਸੇ ਚੀਨੀ ਤੇ ਦਾਲ ਉਹ ਪਾਉਂਦੇ ਨੇ ਜਿਨ੍ਹਾਂ ਨੇ ਕੋਈ ਜਾਦੂ ਜੂਦੂ ਕਰਾਉਣਾ ਹੋਵੇ, ਉਹਨਾਂ ਨੂੰ ਲੋਕ ਕਹਿੰਦੇ ਨੇ ਕਿ ਸੁਬਹਾ ਸੁਬਹਾ ਜਾ ਕੇ ਨਾ ਦਰਖਤ ਕੀੜੀਆਂ ਨੂੰ ਚੀਨੀ ਪਾ ਕੇ ਆਉਣੀ। ਵੈਸੇ ਵੀ ਪਾ ਸਕਦੇ ਹਾਂ ਕਿ ਸਵਾਬ ਆ ਉਹ ਮਰੇ, ਤੇਰੀ ਸ਼ਕਲ ਤੋਂ ਲੱਗਦਾ ਤੇਰੇ ਘਰ ਰੋਟੀ ਨਹੀਂ ਪੂਰੀ ਹੁੰਦੀ। ਤੂੰ ਕੀੜੀਆਂ ਨੂੰ ਪਾਉਣ ਤਰ੍ਹਾਂ ਗਿਆ, ਤੂੰ ਉਹੀ ਆਪਣੀ ਮਾਂ ਵਾਸਤੇ ਕੋਈ ਚੀਜ਼ ਲੈ ਜਾ। ਹੈਂ ਲੈ ਕੇ ਜਾਈਦੀ ਆ ਕੀ? ਕੀ ਫਲ ਲੈ ਜਾਈਦਾ ਵਾ, ਉਸ ਤੋਂ ਬਾਅਦ ਖਤਮ। ਹੋਰ ਕੀ ਲਿਆਈਏ ਯਾਰ? ਕੋਈ ਚੀਜ਼, ਕੋਈ ਸੂਟ ਲੈ ਕੇ ਦੇ ਮਾਂ ਨੂੰ, ਜੁੱਤੀ ਲੈ ਕੇ ਦੇ। ਲੈ ਕੇ ਦੇਈਦੀ ਹੁਣ ਸ਼ੋਅ 'ਚ ਦੱਸਣਾ। ਸ਼ੋਅ 'ਚ 4,000 ਦਾ ਤੇ ਦੱਸਤਾ ਤੂੰ, ਉਦੋਂ ਨਹੀਂ ਤੈਨੂੰ ਗੈਰਤ ਜਾ ਕੇ ਪੁੱਛੀ ਆ ਰਹੇ, ਕੁਛ ਨਾ ਕੁਛ ਤਾਂ ਦੱਸਣਾ ਹੀ ਆ। ਉਹ ਤੁਹਾਨੂੰ ਬੜਾ ਥੋੜ੍ਹਾ ਪਤਾ, ਸੱਚ ਦੱਸੇਗਾ ਝੂਠ? ਸਰ ਬਹੁਤ ਸ਼ੁਕਰੀਆ ਤੁਹਾਡਾ, ਸਰ ਤੁਹਾਡਾ ਵੀ ਬਹੁਤ ਸ਼ੁਕਰੀਆ। ਆਓ ਜੀ ਅਗਲੇ ਕਰੈਕਟਰ। ਲਓ ਜੀ ਨਾਜ਼ਰੀਨ, ਇਹ ਪਹਿਲੇ ਬੰਦੇ ਬਦਲੇ ਨੇ ਜਿਨ੍ਹਾਂ ਦੇ ਬਦਲਣ ਤੋਂ ਬਾਅਦ ਚੀਜ਼ਾਂ ਉੱਦਾਂ ਦੀਆਂ ਉੱਦਾਂ ਹੀ ਨੇ। ਇਹ ਖਾਨ ਸਾਹਿਬ, ਅੱਛਾ ਇਹ ਮੈਂ ਦੋ ਬੰਦੇ ਭਲਾ ਕਿਉਂ ਭਾਏ ਤੁਹਾਨੂੰ, ਮੈਂ ਇਹ ਥੋੜ੍ਹੀ ਦੇਰ ਤੱਕ ਦੱਸਦਾ, ਇਹਨਾਂ ਨਾਲ ਬੜੇ ਸਪੈਸ਼ਲ ਕੰਮ ਵਾਸਤੇ ਮੈਂ ਬਿਠਾਏ ਨੇ ਦੋਵੇਂ। ਜਾਣਾ ਨਹੀਂ, ਤੁਸੀਂ ਇਹ ਨਾ ਸੋਚੋ ਕਿ ਪਤਾ ਨਹੀਂ ਇਹ ਦੋਵੇਂ ਬੈਠੇ ਬੋਲਦੇ ਨਹੀਂ, ਇਹ ਬੋਲਣਗੇ ਦੇਖਣਾ ਤੁਸੀਂ। ਸਰ ਤੁਹਾਡਾ ਨਾਮ? ਤੈਯਬ। ਮਾਜ਼ਰਤ, ਮੈਂ ਤੁਹਾਨੂੰ ਸਰ ਕਿਹਾ। ਮੈਂ ਉਸਲ 'ਚ ਪਤਾ ਕੀ ਹੋਇਆ ਇਹਦਾ ਕਿ ਸਰ ਤੁਹਾਡਾ ਨਾਮ, ਸਰ ਤੁਹਾਡਾ ਫਰਾਜ਼। ਅੱਛਾ ਖੁਦਾ ਦੀ ਕਸਮੇ, ਤੇਰਾ ਬਿਲਕੁਲ ਹੱਕ ਨਹੀਂ ਬਣਦਾ ਇੱਦਾਂ ਬਹਿਣ, ਤੇਰਾ ਹੱਕ ਬਣਦਾ ਖੁਦਾ ਦੀ ਕਸਮੇ, ਤੇਰਾ ਹੱਕ ਪਤਾ ਕਿੱਦਾਂ ਬਣਦਾ ਇੰਜ? ਇਹ ਜਿਹੜਾ ਸਟਾਈਲ ਹੈ ਨਾ ਬੇਟਾ, ਇਹ ਬਹੁਤ ਚਿੱਟਾ ਰੰਗ ਹੋਵੇ ਤੇ ਉਹਦਾ ਹੁੰਦਾ ਸਟਾਈਲ। ਮਤਲਬ ਬੇਟਾ ਤੂੰ ਕੋਈ ਸ਼ਰਮ ਲੈ, ਦੱਸ ਕਿਹੜਾ ਤੁਸੀਂ ਐਸਾ ਕੰਮ ਜ਼ਿੰਦਗੀ 'ਚ ਕੀਤਾ ਜਿੱਥੇ ਤੁਹਾਨੂੰ ਫਖਰ ਹੋਵੇ? ਮੇਰੀ ਯਾਦਦਾਸ਼ਤ ਕਮਜ਼ੋਰ ਹੈ, ਮੈਂ ਕਰਕੇ ਭੁੱਲ ਜਾਂਦਾ। ਸਰ ਮੈਂ ਤੁਹਾਨੂੰ ਪੁੱਛ ਰਿਹਾ ਜੀ, ਇੱਜ਼ਤ ਹੈ ਮਾਪ ਜਨਾਬ ਤੈਯਬ ਸਾਹਿਬ, ਲਾਈਫ ਦੀ ਇੰਨੀ ਕਿੰਨੀ, 20-22 ਸਾਲ, 24 ਸਾਲ ਉਮਰ ਕਿੰਨੀ ਹੈ? 29 ਸਾਲ। 29 ਦੇ ਆ, 29 ਦਾ ਹੀ ਆ, ਇਹ 22 ਦਾ। ਠਹਿਰ ਜਾ, ਤੂੰ 22 ਦਾ, ਤੂੰ ਕਿੰਨੇ ਦਾ? 19 ਦਾ। ਤੂੰ 29 ਦਾ, ਇਹ 'ਚ ਕੀ ਮੈਂ ਕੁਛ ਕਹਿਤਾ? ਉਹ ਮੈਂ ਗਲਤ ਗੱਲ ਕਹਿ? ਨਹੀਂ ਬਿਲਕੁਲ ਸਹੀ। ਮੈਂ ਤੁਹਾਨੂੰ ਕਹਾਂ 29 ਦੀ ਆ, ਤੂੰ ਗੁੱਸਾ ਕਿਉਂ ਕਰਦਾ? ਮੈਂ ਗੁੱਸਾ ਕਾਹਤੋਂ ਕਰਨਾ? ਜਾਂ ਤਾਂ ਤੂੰ ਕਹਿ ਨਹੀਂ 29 ਦਾ। ਨਹੀਂ 29 ਦਾ, ਤੂੰ 29 ਦਾ ਨਹੀਂ? 29 ਦਾ। ਅੱਛਾ ਕੋਈ ਐਸਾ ਕੰਮ ਜਿਹੜਾ ਤੂੰ ਜ਼ਿੰਦਗੀ 'ਚ ਕੀਤਾ ਹੈ, ਅੱਜ ਤੁਹਾਨੂੰ ਯਾਦ ਹੁੰਦਾ, ਤੇਰੀ ਰੂਹ ਨੂੰ, ਤੇਰੇ ਜ਼ਮੀਰ ਨੂੰ ਖੁਸ਼ੀ ਹੁੰਦੀ ਕਿ ਯਾਰ ਮੈਂ ਇੱਕੋ ਇਹ ਕੰਮ ਹੋਇਆ ਸੀ ਔਰ ਬੜਾ ਅੱਛਾ ਹੋਇਆ ਸੀ? ਆਹੀ ਕੰਮ ਹੋਇਆ ਜਿਹੜਾ ਅੱਜ ਹੋਇਆ।
ਕਦੀ ਤੇਰੇ ਵਾਲਦੈਨ ਨੇ ਤੈਨੂੰ ਕਿਹਾ ਵੇ ਬੇਟਾ ਅਸੀਂ ਤੇਰੇ ਤੋਂ ਅੱਜ ਬਹੁਤ ਰਾਜ਼ੀ ਹੋਏ? ਕਦੀ ਵੀ ਨਹੀਂ, ਮੇਰੀ ਹਰਕਤਾਂ ਹੀ ਨਹੀਂ ਸਹੀ। ਕਦੀ ਤੇਰੇ ਬੁੜੇ ਕਿਹਾ ਵਾ ਬੇਟਾ ਅੱਜ ਮੇਰਾ ਦਿਲ ਖੁਸ਼ ਹੋ ਗਿਆ ਕਿ ਅੱਜ ਮੈਨੂੰ ਮਾਂ ਨਾ ਕਿ ਤੂੰ ਮੇਰਾ ਪੁੱਤਰ ਆ? ਨਹੀਂ, ਇੱਦਾਂ ਦਾ ਕਦੀ ਬਣਿਆ ਨਹੀਂ, ਸੁਭਾਅ ਵੀ ਨਹੀਂ ਬਣਿਆ। ਕਦੀ ਚਾਰ ਬੰਦਿਆਂ 'ਚ ਤੇਰੇ ਪਿਓ ਨੇ ਕਿਹਾ ਵੇ ਓਏ ਉਰਿਆ ਇਹ ਮੇਰਾ ਪੁੱਤਰ ਆ, ਇੱਦਾਂ? ਹਾਂਜੀ, ਕਿਹਾ? ਇੱਦਾਂ ਨਹੀਂ ਕਿਹਾ, ਇਹ ਜ਼ਰੂਰ ਕਿਹਾ ਓਏ ਉਰਿਆ ਚੀਨੀ ਲੈ ਕੇ। ਕੋਈ ਖਾਣ ਪੀਣ ਵਾਲੀ ਕੋਈ ਵੀ ਚੀਜ਼ ਤੇਰੇ ਉੱਥੋਂ ਮੰਗਾ ਲੈਂਦੇ? ਦਸਤਾਨੇ ਪਾ ਕੇ ਜਾਂਦੇ। ਉਹ ਕੈਮਰੇ ਵੱਲ ਦੇਖਣਾ, ਉਹ ਕੈਮਰਾ ਨਹੀਂ ਸਾਹਮਣੇ ਇੱਧਰਲਾ ਜਿਹੜਾ ਕੈਮਰਾ, ਇਹਦੇ ਵੱਲ ਤੂੰ ਇੰਝ ਦੇਖਣਾ, ਤੂੰ ਕਹਿਣਾ ਨਾਜ਼ਰੀਨ ਵਕਤ ਹੁਆ ਹੈ ਇੱਕ ਬ੍ਰੇਕ ਕਾ, ਮਿਲਤੇ ਹੈ ਇੱਕ ਸ਼ਾਰਟ ਬ੍ਰੇਕ ਕੇ ਬਾਅਦ, ਪੂਰਾ ਐਕਟ ਕਰਕੇ, ਠੀਕ ਹੈ ਨਾ? ਸਹੀ ਤਰ੍ਹਾਂ ਨਾਜ਼ਰੀਨ ਵਕਤ ਹੁਆ ਹੈ ਇੱਕ ਛੋਟੇ ਸੇ ਬ੍ਰੇਕ ਕਾ, ਅਬ ਆਪਕੋ ਮਿਲਤੇ ਹੈ ਇੱਕ ਬ੍ਰੇਕ ਕੇ ਬਾਅਦ। ਵੈਲਕਮ ਬੈਕ ਨਾਜ਼ਰੀਨ। ਅੱਛਾ ਨਾਜ਼ਰੀਨ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਮੈਂ ਜਦੋਂ ਘਰੋਂ ਤੁਰਿਆ ਨਾ, ਮੈਨੂੰ 102 ਬੁਖਾਰ ਸੀ। ਇਹ ਨਾਜ਼ਰੀਨ ਮੈਂ ਤੁਹਾਨੂੰ ਦੱਸਦਾ, ਇਹ ਦੋਵਾਂ ਤੁਸੀਂ ਇਹ ਨਹੀਂ ਸੋਚਣਾ ਕਿ ਪਤਾ ਨਹੀਂ ਵਿਹਲੇ ਬੈਠੇ ਨੇ, ਇਹਨਾਂ ਨੂੰ ਮੈਂ ਤੁਹਾਨੂੰ ਹੁਣੇ ਦੱਸਾਂਗਾ, ਇਹ ਬੜਾ ਜ਼ਰੂਰੀ ਕੰਮ ਆ, ਇਹਨਾਂ ਨੂੰ ਮੈਂ ਕਿਸੇ ਮਕਸਦ ਲਈ ਬਿਠਾਇਆ, ਤੁਸੀਂ ਇਹ ਨਹੀਂ ਸਮਝਣਾ ਕਿ ਪਤਾ ਨਹੀਂ ਇਹ ਬੋਲਦੇ ਨਹੀਂ। ਸਰ ਤੁਹਾਡਾ ਕੀ ਨਾਮ ਆ ਦੱਸਿਆ? ਫਰਾਜ਼। ਫਰਾਜ਼ ਜੀ, ਅਹਿਮਦ ਫਰਾਜ਼ ਇੱਕ ਸ਼ਾਇਰ ਸੀ, ਬੜੇ ਅੱਛੇ ਹੋਣਗੇ, ਨਹੀਂ ਤੁਸੀਂ ਸੁਣਿਆ ਨਹੀਂ? ਨਹੀਂ। ਆ ਪੜ੍ਹੋ, ਅਹਿਮਦ ਫਰਾਜ਼ ਇੱਕ ਬੜੇ ਅੱਛੇ ਸ਼ਾਇਰ ਸੀ, ਤੁਸੀਂ ਇਹ ਸੁਣਿਆ? ਤੁੰਦੀਏ ਬਾਦੇ ਮੁਖਾਲਫ ਸੇ ਨਾ ਘਬਰਾਇਆ ਕਾਬ। ਨਹੀਂ। ਅਹਿਮਦ ਫਰਾਜ਼ ਸਰ ਤੁਸੀਂ ਸੁਣਿਆ, ਲੱਪੇ ਆਤੀ ਹੈ ਦੁਆ ਬਣ ਕੇ ਤਮੰਨਾ ਮੇਰੀ? ਹਾਂਜੀ। ਇਹ ਉਹਨਾਂ ਦਾ ਨਹੀਂ ਆ, ਇਹ ਮੇਰੇ ਪਤਾ। ਚਲੋ, ਅਹਿਮਦ ਫਰਾਜ਼ ਸਾਹਿਬ ਬੜੇ ਅੱਛੇ ਸ਼ਾਇਰ ਹੋਏ ਨੇ। ਅਹਿਮਦ ਫਰਾਜ਼, ਆਂਖ ਸੇ ਦੂਰ ਨਾ ਹੋ ਦਿਲ ਸੇ ਉਤਰ ਜਾਏਗਾ, ਵਕਤ ਕਾ ਕਿਆ ਹੈ ਗੁਜ਼ਰਤਾ ਹੈ ਗੁਜ਼ਰ ਜਾਏਗਾ। ਨਾਜ਼ਰੀਨ, ਇਸਕੇ ਸਾਥ ਹੀ ਪ੍ਰੋਗਰਾਮ ਕਾ ਆਗਾਜ਼ ਕਰਤੇ ਹੈ, ਹੈ ਨਾ? ਅੱਛਾ ਭਾਈ ਨੇ ਦੱਸੋ ਕਿ ਤੁਹਾਡੀ ਏਜ ਕਿੰਨੀ ਹੈ? 19 ਸਾਲ। 19 ਸਾਲ ਤੁਹਾਡੀ ਉਮਰ ਆ, ਵਾਲਦੈਨ ਹਜ਼ਾਤ ਨੇ ਮਾਸ਼ਾ ਅੱਲਾਹ, ਅੱਲਾਹ ਪਾਕ ਜ਼ਿੰਦਗੀ ਤੰਦਰੁਸਤੀ ਕਰੇ। ਪੜ੍ਹਦੇ ਜੇ? ਹਾਂਜੀ। ਕਿੰਨਵੀਂ 'ਚ? 12ਵੀਂ। 12ਵੀਂ 'ਚ? ਅਤੇ ਕੀ ਪ੍ਰੋਗਰਾਮ ਆ, ਕੀ ਬਣਨਾ ਵੱਡੇ ਹੋ ਗਏ? ਜੱਟ ਆ ਜਾਂ ਮਾਈ ਲਊਗਾ? ਤੁਸੀਂ ਬਰਾਦਰੀ ਜੱਟ ਆ? ਹਾਂਜੀ। ਪੜ੍ਹੋ। ਅੱਛਾ, ਕੀ ਖਾਹਿਸ਼ ਆ ਜ਼ਿੰਦਗੀ 'ਚ, ਕੀ ਖਾਬ ਨੇ ਕਿ ਮੈਂ ਕੀ ਕਰਾਂਗਾ ਆਪਣੇ ਵਾਲਦੈਨ ਵਾਸਤੇ, ਮਾਂ ਪਿਓ ਵਾਸਤੇ, ਆਪਣੇ ਵਾਸਤੇ? ਕੋਈ ਖਾਬ ਨਹੀਂ ਫਿਲਹਾਲ ਤੇ ਸਾਰੇ। ਇਹ ਲਾਸ਼ ਹੁੰਦੀ ਬੰਦਾ, ਇਹ ਜਿੰਦਾ ਬੰਦਾ ਹੋਵੇ ਉਹਦਾ ਖਾਬ ਕੋਈ ਨਾ ਹੋਵੇ, ਕਿੱਦਾਂ ਹੋ ਸਕਦਾ? ਮੈਂ 19 ਸਾਲ ਤੁਹਾਡੀ ਉਮਰ ਆ ਔਰ ਤੁਹਾਡਾ ਖਾਬ ਕੋਈ ਨਹੀਂ, ਕੋਈ ਬਾਸੀ, ਕੋਈ ਕੰਗੜਾਈ, ਕੱਖ ਨਹੀਂ? ਤੁਹਾਡੇ ਜਿਹੜੇ ਉਸਤਾਦ ਨੇ, ਤੁਸੀਂ ਟੀਚਰਾਂ ਕੋਲ ਪੜ੍ਹਦੇ ਜਾਂ ਟੀਚਰ? ਪ੍ਰਾਈਵੇਟ। ਨਹੀਂ, ਮੇਲ ਕੋ ਫੀਮੇਲ ਕੋ? ਦੋਨਾਂ ਕੋਈ। ਦੋਵਾਂ ਕੋਈ? ਉਹਨਾਂ ਦੇ ਕੋ ਖਾਬ? ਤੂੰ ਬਹੁਤ ਵੱਡਾ ਆਦਮੀ ਬਣ ਗਿਆ, ਤੂੰ ਬਹੁਤ ਵੱਡਾ ਆਦਮੀ ਬਣ ਗਿਆ, ਤੂੰ ਮੇਰੇ ਕੋ ਪੜ੍ਹ ਕੇ ਬਹੁਤ ਪੜ੍ਹਿਆ ਲਿਖਿਆ ਹੋ ਗਿਆ। ਕਦੀ ਨੀ ਕਿਹਾ ਤੁਸੀਂ ਸ਼ੇਵ ਹਾਲੇ ਤੱਕ ਨੀ ਕਰਾਈ ਜਾਂਦੀ ਤੁਹਾਡੀ ਸ਼ੇਵ? ਆਈ ਕਰਾਉਂਦੇ ਸ਼ੇਵ ਤੁਸੀਂ? ਹਾਂਜੀ। ਤੁਸੀਂ ਜਦੋਂ ਸ਼ੇਵ ਕਰਾਉਂਦੇ ਹੋ ਹੋਰ ਖੂਬਸੂਰਤ ਲੱਗਦੇ ਹੋਗੇ, ਤੁਹਾਨੂੰ ਪਤਾ? ਮੈਂ ਤਾਂ ਹੀ ਤਾਂ ਕਰਾਉਂਦਾ ਨਹੀਂ। ਅੱਛਾ, ਹਾਂਜੀ। ਮੈਨੂੰ ਤੁਸੀਂ ਇੱਦਾਂ ਵੀ ਲੱਗੀ ਜਾ ਰਹੇ। ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਬੰਦੇ ਦੀ ਸ਼ੇਵ ਆ ਕੇ ਵਧੀ ਆ ਕੇ ਘਟੀ ਆ, ਮੈਂ ਸ਼ੋਅ ਕਰਨਾ ਆਪਣਾ ਜਿਹੜਾ ਮਰਜ਼ੀ ਆ ਜਾਵੇ ਮੇਰੇ ਸਾਹਮਣੇ, ਇੱਦਾਂ ਹੀ ਆ ਜੀ। ਅੱਲਾ ਦੇ ਬੰਦੇ, ਮੈਂ ਤੇ ਉਹਨਾਂ ਦੇ ਇਹਦੀ ਵਧੀ ਆ ਤੇ ਮੈਨੂੰ ਕੋਈ ਭਾਰ ਨਹੀਂ। ਆ ਦੇਖ, ਆ ਦੇਖ ਭਾਈ, ਤੁਹਾਡੀ ਸ਼ੇਪ ਵਧੀ, ਤੁਹਾਡੀ ਜ਼ਬਾਨ ਵੀ ਏਡੀ ਵਧੀ ਹੈ, ਜਿੰਨੇ ਪਾਨ ਖਾਂਦਾ ਇਹਦਾ ਜਿਗਰ ਵੀ ਵੱਜ ਜਾਣਾ, ਇਹਨੂੰ ਲੱਥੀ ਵਧੀ ਦਾ ਕੋਈ ਭਾਰ ਨਹੀਂ ਹੈ। ਭਾਈ ਨਾ ਖਾਓ। ਨਹੀਂ ਭਾਈ, ਮਿਹਰਬਾਨੀ। ਕਿਉਂ? ਮੈਂ ਪਾਨ ਖਾ ਕੇ ਟਿਆ। ਪਾਨ ਖਾ ਕੇ ਟਿਆ? ਅੱਛਾ ਸਰ, ਇਹ ਦੱਸੋ ਕਿ ਤੁਸੀਂ ਕੀ ਬਣਨਾ ਚਾਹੁੰਦੇ ਵੱਡੇ ਹੋ ਕੇ? ਹੁਣ ਇਸ ਤੋਂ ਵੱਡੇ ਹੋ ਗਏ, ਹੁਣ ਕੀ ਕਰਦੇ? ਕਿਹੜਾ ਐਸਾ ਕੰਮ ਆ? ਅੱਜ ਕੱਲ੍ਹ ਦਾ ਵਕਤ ਹੀ ਇੱਦਾਂ ਦਾ, 40 ਪਿਆ ਤੋਂ ਟੱਪਣ ਨਹੀਂ ਡੇ, ਮੈਂ ਹੋਰ ਵੱਡਾ ਕੀ? ਅੱਛਾ, ਇਹੋ ਜਿਹੇ ਨਾ, ਮਤਲਬ ਇਹੋ ਜਿਹੇ ਸਿਆਣੇ ਹੁੰਦੇ ਨਹੀਂ, ਲੇਕਿਨ ਗੱਲਾਂ ਨਾਲ ਨਾ ਅਗਲੇ ਨੂੰ ਦੱਸਦੇ ਕਿ ਅਸੀਂ ਸਿਆਣੇ ਹਾਂ, ਅਤੇ ਗੱਲ ਨਹੀਂ ਹੁੰਦੀ ਉਹ ਕੀ ਜ਼ਿੰਦਗੀ ਅੱਜ ਕੱਲ੍ਹ 40 ਸਾਲ ਜ਼ਿੰਦਗੀ ਰਹਿ ਗਈ ਅਤੇ 55 ਸਾਲ ਦੀ ਉਮਰ 'ਚ ਗੱਲ ਕਰ ਰਹੇ ਹੁੰਦੇ। ਤੁਸੀਂ ਕੋਈ ਫਿਲਮ ਵੇਖੋ ਨਾ,
ਤੁਸੀਂ ਕੋਈ ਫਿਲਮ ਵੇਖੋ ਨਾ ਬਾਬਾ ਜੀ ਅਤੇ ਖੰਡਰਾਤ ਨੇ, ਯਾਨੀ ਕਿ ਇੱਕ ਬੱਸ ਦਾ ਟੂਰ ਉੱਧਰ ਨੂੰ ਗਿਆ ਬੱਚੇ ਬੱਚੀਆਂ ਦਾ। ਅਕਸਰ ਹੋਰਰ ਫਿਲਮਾਂ ਦੀ ਜਿਹੜੀ ਸਟੋਰੀ ਹੁੰਦੀ ਨਾ, 96% ਉਹਨਾਂ ਦਾ ਸਕ੍ਰਿਪਟ ਕੀ ਹੁੰਦਾ ਜਿਹੜੀਆਂ ਡਰਾਉਣੀਆਂ ਫਿਲਮਾਂ ਦਾ, ਕਿ ਇੱਕ ਟ੍ਰਿਪ ਗਿਆ ਕੁੜੀਆਂ ਮੁੰਡਿਆਂ ਦਾ ਬੱਸ 'ਚ, ਰਸਤੇ 'ਚ ਜੰਗਲ 'ਚ ਬੱਸ ਖਰਾਬ ਹੋਈ ਆ, ਉਹ ਰੁਕੇ ਨੇ, ਉਹਨਾਂ ਨੂੰ ਇੱਕ ਘਰ ਨਜ਼ਰ ਆਇਆ, ਉਹਦੇ 'ਚ ਰਾਤ ਰਹੇ ਨੇ ਅਤੇ ਉੱਥੇ ਫਸ ਗਏ, ਉੱਥੇ ਬੁਲਾਵਾਂ ਨੇ ਸਾਰੀਆਂ। ਅੱਛਾ ਹੁਣ ਉੱਥੇ ਸਦੀਆਂ 'ਚ ਕੋਈ ਨਹੀਂ ਗਿਆ, ਲੇਕਿਨ ਉੱਥੇ ਇੱਕ ਚਾਦਰ ਵਾਲਾ ਬਾਬਾ ਜ਼ਰੂਰ ਹੋਏਗਾ ਲਾਲਟੈਨ ਵਾਲਾ, ਉਹ ਉੱਥੇ ਕੀ ਕਰ ਰਿਹਾ ਹੁੰਦਾ? ਯਾਨੀ ਜਿਹਨੇ ਜਾ ਕੇ ਤੁਸੀਂ ਉੱਥੇ ਗਏ ਆ, ਉਹ ਅੰਦਰ ਬੜਾ ਲੱਗੇ ਅਤੇ ਇੱਧਰੋਂ ਇੱਕ ਬਾਬਾ ਨਿਕਲਿਆ ਅਤੇ ਉਹਨੇ ਕਿਹਾ, ਪਰਦੇਸੀ ਮਾਲੂਮ ਹੋਤੇ। ਉਹਨੇ ਕਿਹਾ, ਜੀ ਬਾਬਾ ਜੀ ਹਮਾਰੀ ਬੱਸ ਖਰਾਬ ਹੋ ਗਈ। ਮੈਂ ਸੋਚ ਰਿਹਾ ਹਾਂ ਯਹਾਂ ਤੋਂ ਸਦੀਆਂ 'ਚ ਕੋਈ ਨਹੀਂ ਆਇਆ, ਅਤੇ ਤੂੰ ਉੱਥੇ ਕੀ ਕਰਨ ਲਿਆ? ਵੀ ਜਦੋਂ ਸਦੀਆਂ ਦੇ ਇੱਥੇ ਕੋਈ ਨਹੀਂ ਆਇਆ, ਨਾ ਇੱਥੇ ਕੋਈ ਦੁਕਾਨ ਆ, ਨਾ ਇੱਥੇ ਕੋਈ ਖਾਣ ਨੂੰ ਜਗ੍ਹਾ, ਨਾ ਇੱਥੇ ਕੋਈ ਪੱਖਾ, ਨਾ ਬੱਤੀ, ਤੂੰ ਕਿੱਦਾਂ, ਤੇਰੀ ਲਾਲਟੈਨ ਕਿੱਥੋਂ ਬਲਣ ਦੀ? ਤੂੰ ਕਿੱਥੋਂ ਬੱਤੀ ਲਿਆਉਣਾ ਲਾਲਟੈਨ ਵਾਲੀ? ਉਹ ਤੂੰ ਕਿੱਥੋਂ ਸ਼ੀਸ਼ਾ ਲਾਲਟੈਨ? ਤੂੰ ਕਿੱਦਾਂ ਖਾਨਾ? ਤੇਲ ਕਿੱਥੋਂ ਲਿਆ ਕੇ? ਅਗਲੇ ਨੂੰ ਤੂੰ ਕਹਿੰਦੇ ਯਹਾਂ ਸਦੀਓ ਕੋਈ ਨਹੀਂ ਹੈ, ਉਹ ਸਾਰਿਆਂ ਨੂੰ ਇਹ ਕਹਿ ਕੇ ਪੂਰੀ ਜਗ੍ਹਾ ਉਹਨੇ ਮੱਲੀ ਹੁੰਦੀ ਆਪਣੀ, ਦਿਲ ਕਰੇ ਪਿੱਛੇ ਉਹਨੇ ਕਿਰਾਏ 'ਤੇ ਦਿੱਤੇ ਹੋਣ ਸਾਰੇ ਘਰ, ਵੀ ਇੱਧਰੋਂ ਜਿਹੜਾ ਆਏਗਾ ਉਹਨੂੰ ਮੈਂ ਇਹੀ ਕਹਿਣਾ, ਬੇਟਾ ਯਹਾਂ ਤੋਂ ਸੇਬ ਹੈ। ਮੈਂ ਭਾਈ ਨੂੰ ਜੁਗਤ ਕਰਨੀ, ਇਹ ਕੀ ਗੱਲ ਹੋਈ? ਵੈਸੇ ਮੇਰਾ ਦਿਲ ਕਰਦਾ ਉਹਨਾਂ ਨੇ ਗੱਲ ਕੀਤੀ, ਇਹ ਚਲੋ ਕਰੋ ਜੁਗਤ ਕਰੋ, ਤੁਸੀਂ ਦਿਲ 'ਚ ਨਾ ਰਹਿ ਜੀ ਗੱਲ। ਅੱਛਾ ਇਹ ਦੁਹਾਲੇ ਨਹੀਂ ਖਾਣੇ, ਇਹਨੂੰ ਪੂਰਾ ਠੰਡਾ ਹੋ ਲੈਂਦੇ, ਜਦੋਂ ਬਿਲਕੁਲ ਸਿੱਟਣ ਵਾਲੇ ਹੋਣਗੇ ਨਾ ਇਹ, ਉਦੋਂ ਤੈਨੂੰ ਉਹਨਾਂ ਨੇ ਦੇਣੇ। ਇਹਦੇ ਵਾਲਦ ਸਾਹਿਬ ਨੇ ਨਾ, ਜਦੋਂ ਘਰ 'ਚ ਕੋਈ ਮਤਲਬ ਕੋਈ ਐਸੀ ਕੰਸਟਰਕਸ਼ਨ ਕਰਨੀ ਹੋਵੇ ਨਾ, ਉੱਪਰ ਨਾਲਾ ਜੋੜਨਾ ਹੋਵੇ, ਕੋਈ ਕਿਲ ਠੋਕਣਾ ਹੋਵੇ ਕੋਈ, ਅਤੇ ਇਹ ਡਰਦਾ ਇਹਨੂੰ ਬਾਹਰ ਥੜੀਆਂ 'ਤੇ ਪਾ ਦਿੰਦੇ ਨੇ। ਇਹਦੇ ਵਾਲਦ ਸਾਹਿਬ ਕਿ ਤੂੰ ਚੱਲ ਥੜੀਆਂ 'ਤੇ ਬਹਿ, ਤੈਨੂੰ ਪਤਾ ਲੱਗਦਾ ਅੱਬੂ ਨਾ ਅੰਦਰ ਕੋਈ ਕੰਮ ਕਰ ਰਹੇ। ਇੱਕ ਦਿਨ ਨਾ ਇਹ ਬਾਹਰ ਬੈਠਾ ਅੰਦਰ ਆਇਆ, ਅਤੇ ਆ ਕਹਿੰਦਾ ਅੱਬੂ ਜੀ ਅੱਜ ਨਾ ਸਾਹਮਣੇ ਦੇ ਘਰ ਵਾਲਾ ਬੰਦਾ ਵੀ ਨਾ ਕੋਈ ਭਾਈ ਉਹਨਾਂ ਦਾ ਕੰਮ ਕਰ ਰਿਹਾ ਸੀ, ਕਹਿੰਦਾ ਤੈਨੂੰ ਕਿੱਦਾਂ ਪਤਾ? ਕਹਿੰਦਾ ਇੱਕ ਉਹਨਾਂ ਦਾ ਮੁੰਡਾ ਵੀ ਬਾਹਰ ਬੈਠਾ। ਯਾਨੀ ਉਹ ਇਹ ਵੀ ਨਹੀਂ, ਇਹੋ ਜਿਹੇ ਬੰਦੇ ਦਾ ਅੱਬਾ ਇਹ ਵੀ ਨਹੀਂ ਚਾਹੁੰਦਾ ਹੁੰਦਾ ਕਿ ਮੇਰੇ ਕੋਲੋਂ ਕੋਈ ਸਿੱਖ ਹੀ ਲਵੇ। ਉਹ ਕਹਿੰਦਾ ਨੇ ਨਹੀਂ ਸਿੱਖਿਆ ਇਹਨੂੰ, ਮੈਂ ਇਹਦੇ ਸਾਹਮਣੇ ਮੈਂ ਕੋਈ ਕੰਮ ਨਹੀਂ ਕਰਨਾ, ਉਹ ਤੈਨੂੰ ਬਾਹਰ ਕੱਢ ਦਿੰਦੇ। ਨਹੀਂ ਸਾਰੇ ਨੂੰ ਕੱਢ ਦਿੰਦੇ, ਮੈਨੂੰ ਬਾਕੀ ਕਿਹੜਾ ਲਾਗੇ ਬਹਿ ਕੇ ਦੇਖਦੇ ਆ। ਨਾਜ਼ਰੀਨ ਟਾਈਮ ਆ ਗਿਆ ਹੁਣ ਇਹਨਾਂ ਦੋਵਾਂ ਦਾ, ਜਿਹੜਾ ਇਹਨਾਂ ਨੂੰ ਮੈਂ ਉਦੋਂ ਦਾ ਰੱਖਿਆ। ਤੁਸੀਂ ਸੋਚ ਰਹੇ ਹੋਵੋਗੇ ਕਿ ਯਾਰ ਇਹ ਦੋਵੇਂ ਕਿਉਂ ਨਹੀਂ ਬੋਲ ਰਹੇ, ਕੀ ਗੱਲ ਹੈ ਸੀ? ਅਤੇ ਮੈਂ ਤੁਹਾਨੂੰ ਉਦੋਂ ਦਾ ਕਹਿ ਰਿਹਾ ਕਿ ਨਾਜ਼ਰੀਨ ਇਹ ਦੋਵੇਂ ਮਤਲਬ ਇਹਨਾਂ ਕੋਲ ਮੈਂ ਬੜਾ ਕੰਮ ਲੈਣਾ। ਮੇਰੀ ਮੋਟਰਸਾਈਕਲ ਹੋ ਗਈ ਪੈਂਚਰ, ਤੁਸੀਂ ਬਹਿ ਕੇ ਇੱਥੋਂ ਨਾੜਲੇ ਚੌਂਕ ਲੈ ਜਾਣਾ, ਉੱਥੋਂ ਪੈਂਚਰ ਲਵਾ ਕੇ ਦੋਵਾਂ ਨੇ ਘਰ ਛੱਡ ਕੇ ਆਉਣੀ ਹੈ। ਇਹ ਜ਼ਰੂਰੀ ਕੰਮ ਸੀ, ਮੈਂ ਇਹਨਾਂ ਨੂੰ ਇਸ ਤੋਂ ਪਾਇਆ ਸੀ। ਮੈਂ ਚੌਂਕ 'ਚੋਂ ਧੂਕ ਲਿਆ, ਮੇਰੀ ਹੋ ਗਈ ਬੱਸ, ਅੱਗੋਂ ਤੁਸੀਂ ਇੱਥੋਂ ਪੈਂਚਰ ਵਾਲੀ ਨਾੜਲੇ ਚੌਂਕ 'ਚੋਂ ਪੈਂਚਰ ਲਵਾਉਣਾ। ਬੱਸ ਕਿੱਥੋਂ ਹੋਈ ਤੂੰ ਦੱਸ? ਦੱਸ ਗਾੜੇ ਬੰਦ ਲਾੜ ਸੀ ਮੈਨੂੰ ਮੈਨੂੰ ਨਹੀਂ ਨਹੀਂ ਗਲਤੀ ਭੁਲੇਖਾ ਲੱਗਾ ਲੱਗਦਾ ਮੈਨੂੰ, ਠਹਿਰ ਜੋ ਮੈਨੂੰ ਦੱਸ ਕੁਝ ਗਾੜੇ ਬੰਦ ਲਾੜ ਸੀ ਜੋ ਮੈਨੂੰ ਲੱਗ ਰਿਹਾ ਤੈਨੂੰ ਵੀ ਉਹੀ ਲੱਗ ਰਿਹਾ, ਮੈਂ ਦੁਬਾਰਾ ਚੈੱਕ ਕਰ ਰਿਹਾ ਜੀ। ਜ਼ਮੂੰ ਗਾੜੇ ਬੰਦ ਲਾੜ ਸੀ ਆਪ ਪਠਾਨ ਹੋ? ਆਓ ਸੱਚੀ ਪਠਾਨ, ਨਾਮ ਕੀ ਆਪਕਾ? ਜਹਾਨਜ਼ੇਬ ਖਾਨ ਅਫਰੀਦੀ। ਜਹਾਨਜ਼ੇਬ ਖਾਨ ਅਫਰੀਦੀ, ਜਹਾਨਜ਼ੇਬ ਖਾਨ ਜੀ ਸੱਚ ਇਹ ਪਸ਼ਤੋ ਸਹੀ ਬੋਲਦੇ ਨੇ ਉਹਦੀ ਪਸ਼ਤੋ? ਆਓ ਤੁਸੀਂ ਇਹਨਾਂ ਦਾ ਪਸ਼ਤੋ 'ਚ ਗੱਲ ਕਰ ਥੋੜੀ। ਸਾਨਮ ਦੇਸਦਾ ਜ਼ਮਾਨਮ ਜਹਾਨਜ਼ੇਬ ਇਸਤਾ ਸਨਮ ਦੇ ਜ਼ਮਾਨਮ ਦੇ ਅਲੀ ਹਸਨ ਦੇ ਯਾਰ ਆ ਚੇ ਤਾਂ ਉਸੇਗੇ ਇਹ ਹੁਣ ਭਲਾ ਕੀ ਬੱਚਿਆਂ ਨੇ ਕਹਿੰਦਾ ਨਾਸ਼ਤਾ ਨੂੰ ਇਸ ਤਾਂ ਕੀਤਾ ਨਹੀਂ ਗਲਤ ਮੈਂ ਚੇ ਤਾਂ ਉਸੇਗੇ ਚੇ ਤਾਂ ਕੋੜ ਦੇ ਨਾਸ਼ਤਾ ਕੀਤਾ ਨਹੀਂ ਤੇਰਾ ਘਰ ਕਿੱਥੇ ਆ ਕੋੜ ਚੇਤਾ ਦੇ ਉਹ ਕਹਿੰਦਾ ਕੋੜ ਚੱਲੇ ਤੈਨੂੰ ਉਹ ਕਹਿ ਰਿਹਾ ਵਾ ਉਹ ਕਹਿ ਰਿਹਾ ਵਾ ਕਿ ਤੇਰਾ ਮਤਲਬ ਕਿ ਕਿੱਥੇ ਆ ਕੀ ਕੋੜ ਚੇਤਾ ਦੇ ਕੋ ਇਹਨੂੰ ਮੁਸ਼ਕਲ ਪਸ਼ਤੋ ਬੋਲ ਮੁਸ਼ਕਲ ਲੰਮੀ ਲੈਣ ਕੋਈ ਤੁਹਾਨੂੰ ਬੜਾ ਸਮਝ ਆ ਰਿਹਾ ਆਏ ਗਿਆ ਕਿੱਥੇ ਜਾ ਖਾਤੇ ਚੇਤਾ ਉਸੇਗੇ ਉਸਤਾ ਕੋੜ ਚੜਦਾ ਰਿਹਾ ਉਸਤਾ ਪਲਾਰ ਕੁਮ ਸਨਮ ਦੇ ਉਸਤਾ ਸੋਰਾ ਰੋਰਾ ਨਹੀਂ ਸੋਰਾ ਖੋਰਾ ਨਹੀਂ ਤੇਰੇ ਸਾਰੇ ਖਾਨਦਾਨ ਨੂੰ ਉਹ ਕਹਿੰਦਾ ਤੇਰੇ 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 ਵਗਲੇ ਪਿਛਲਿਆਂ ਨੂੰ ਤੇਰੇ ਵੱਡਿਆਂ ਨੂੰ ਨਿੱਕਿਆਂ ਨੂੰ ਤੇਰੇ ਸਾਰੇ ਖਾਨਦਾਨ ਹਾਂ ਇਹ ਕਹਿ ਰਿਹਾ ਚੱਲ ਇਹਦਾ ਜਵਾਬ ਦੇ ਕਹਿੰਦਾ ਕੀ ਤੈਨੂੰ ਸਮਝ ਆਈ ਆ ਹਾਂਜੀ ਕੀ ਕਿਹਾ ਉਹਨੇ ਕਹਿੰਦਾ ਵਾ ਕਿ ਆਪਣਾ ਦੱਸ ਦਲੇ ਵਾ ਨਾਲੇ ਡੰਮ ਦੇ ਹਾਂ ਮੈਨੂੰ ਸਮਝ ਆਈ ਆ ਕਹਿੰਦਾ
कैसे ट्रिक ना उन्हें चार मिनट रंगाते हाँ आपका नाम क्या है यार एक नाम छोटा जा दस दे तू एडे लम्बे बार का नाम रख ले जहानजेब अच्छा मैं कह रहा किसी भी मैं पंजाबी हाँ तो ये पठान हाँ तो मैं पछतो सीख ली आ लेकिन मेरा लहजा पंजाबी आ तो मैं इनू कि बुला रहा पख पले यार कितने ओ यार छी यार तू निश्ता रोड़ा रहाता सानू इतने है ना अच्छा तेन कुछ शेर होंगे पछतो किस शायर का कुछ नाम याद है शायर का फराज खान दा जी फराज खान पठान सुना आ पढ़ सुना लो जी आराम ना शेर सुनो तेरा बेलतान उधर नु सुनाउना उधर नु हां बेलतान न खो जहान खाली खाली दे हां खाली खाली दे पर उर्दू दा वा पश्तो दा भी है अच्छा अच्छा पश्तो दा भी है ठहर जो हां जी बेलतान न खो जहान खाली खाली दे जुन में सदे कोई खौफ दिले बने दे हां बेला खाना बेला खाना बेलताना खो जवाब खाली जहान खाली, खाली, खाली जहान खाली खाली दे 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 प्यार दे प्यार दे प्यार दे दे जवाब खाली खाली जवाब दे तेनू को पश्तो दा गाना होंदा सुना गा पश्तो च गाना सुना ऐ तू मैं दसना ही सही सुना रहा कि नहीं ये लाप नहीं होंदा पश्तो दा पश्तो दा लाप नहीं होंदा ये तो गजल गायक वाला लाप आ अगो दिल करे शुरू कर पख पले दादा रौड़ा लामा खाया पख पले गजल गाय गाँवे ना दे ए हो गया पंजाबी की कहते कि मैं गाना सुनाता हूँ इनू की कहेंगे जसंद्रा एम उन्होंने ए लाप आ चल 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 नरे दगंबारा दे जुदारा न जाना दे मौसम द बहार नो दे रागले पेख जा दे हो ला 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 उस मीना मीना निश्ता मीना मीना पखुआने वा अन्ने वा उस मीना मीना निश्ता मीना मीना पखुवने वा उस मीना द दौलत द बेदौलत द ले बने द दौलत चे दर सरवि नो गुलाम दे टोल जहां दे दौलत चे दर सरवि ओम मंगलम धूंगरा मत देने दो लेकिन आदरणीय प्रोग्राम का वक्त खत्म हो चुका है हमें इजाजत दीजिए अगले प्रोग्राम में फिर नए दोस्तों के साथ नई जगह पे नए मजाक के साथ हाजिर होंगे तब तक अपना बहुत ख्याल रखिएगा और मुझे और हमें सबको इजाजत दीजिए अल्लाह हाफिज़ पश्तोच खाजी नादरी ब्याबा मिलावी को बल हफ्ते तक इंशाल्लाह प्रोग्राम डेर खुंद रह गए और डेर मजा रह गए बस ब्याबा इंशाल्लाह मिलावी ओके नादरीन अल्लाह हाफिज़।